ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਵੀ ਮੈਂ ਆਪਦੇ ਦਰਸ਼ਨ ਨਹੀਂ ਕਰ ਸਕਿਆ, ਹੁਣ ਵੀ ਜਦ ਮੈਂ ਤੁਰਿਆ ਸੀ ਤਾਂ ਬੀਬੀ ਨੇ, ਰੂਪੀ ਨੇ ਟੈਂਪਰੇਚਰ ਦੇਖੀ ਸੀ, ਕਹਿਣ ਲੱਗੀ 99.4 ਹੈ। ਸੋ ਦਰਸ਼ਨ ਕਰਨ ਵਾਸਤੇ ਅਸੀਂ ਆ ਗਏ। ਪਹਿਲਾਂ ਤਾਂ ਮੈਂ ਕੀਰਤਨ ਕਰਿਆ ਕਰਦਾ ਜਿਵੇਂ ਤੁਸੀਂ ਹੁਣ ਕਰ ਰਹੇ ਸੀ। ਹੁਣ ਮੇਰਾ ਗਲਾ ਖਰਾਬ ਹੋਣ ਕਰਕੇ ਬਹੁਤ ਘੱਟ ਬੋਲਣ ਨੂੰ ਕਿਹਾ। ਅੱਜ ਡਾਕਟਰ ਨੇ ਮਨਾ ਕੀਤਾ ਸੀ ਵੀ ਤੁਸੀਂ ਬੋਲਿਓ ਨਾ, ਪਰ ਔਖਾ ਜਿਹਾ ਮੇਰੇ ਵਾਸਤੇ ਨਾ ਬੋਲਣਾ। ਜੋ ਵੀ ਬੇਨਤੀਆਂ ਕੀਤੀਆਂ ਜਾਣਗੀਆਂ ਉਹ ਧਿਆਨ ਨਾਲ ਸਰਵਣ ਕਰਿਓ, ਬੀਬੀਆਂ ਵੀ ਭਾਈ ਵੀ, ਉਹਦੇ ਵਿੱਚ ਸਾਡਾ ਫਾਇਦਾ ਹੋ ਜਾਏਗਾ। ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਆਏ ਹਾਂ ਉਹ ਮਹਾਰਾਜ ਜੀ ਬਹੁਤ ਬਾਣੀ ਦੇ ਅੰਦਰ ਵਿਸਥਾਰ ਨਾਲ ਦੱਸਦੇ ਨੇ। ਕਿਤੇ ਤਾਂ ਇਹ ਕਹਿੰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤੇ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ, ਕਿਹੜੇ ਕੰਮਾਂ 'ਚ ਪੈ ਗਿਆ ਤੇਰੀ ਉਮਰ ਮੁਕਦੀ ਤੁਰੀ ਜਾ ਰਹੀ ਹੈ, ਲਾਹੇ ਕੋ ਤੂੰ ਢੀਲਾ ਢੀਲਾ, ਲਾਹਾ ਲੈਣ ਨੂੰ ਤਾਂ ਬਹੁਤ ਢੁੱਲਾ, ਬੁਰੇ ਕੰਮ ਨੂੰ ਤੂੰ ਉੱਠ ਕੇ ਚਲਿਆ ਜਾਂਦਾ, ਪਰ ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਜਦ ਜਪਣਾ ਫਿਰ ਸੌਂਦਾ, ਨੀਂਦ ਆਉਂਦੀਆਂ ਨੂੰ ਗਾਲੀ। ਇਸ ਰਸਤੇ ਸੰਸਾਰ ਪੈਂਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮਸਤਕ ਵੀ ਨਿਭਾਉਂਦੇ ਹਾਂ, ਮਾਇਆ ਵੀ ਭੇਟ ਕਰਦੇ ਹਾਂ, ਪਰ ਜਿੱਥੇ ਤੱਕ ਹੁਕਮ ਮੰਨਣ ਦਾ ਸਵਾਲ ਹੈ ਸ਼ਾਇਦ ਇਹ ਕੋਈ ਮੰਨਦਾ ਹੋਵੇ। ਕਿਉਂਕਿ ਮਹਾਰਾਜ ਜੀ ਫਰਮਾਨ ਕਰਦੇ ਆ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ, ਤੇਰੀ ਵਾਰੀ ਆਈ ਹੋਈ ਹੈ ਗੋਬਿੰਦ ਨੂੰ ਮਿਲਣ ਦੀ, ਅਤੇ ਜਿਹੜੇ ਕੰਮਾਂ 'ਚ ਤੂੰ ਪਿਆ ਹੋਇਆ ਅਵਰ ਕਾਜ ਤੇਰੇ ਕਿਤੇ ਨਾ ਕੰਮ, ਉਹ ਬਰਥਲੈਸ ਵਰਕ ਨੇ ਸਾਰੇ, ਉਹਨਾਂ ਵਿੱਚ ਤੂੰ ਆਪਣਾ ਜੀਵਨ ਬਰਬਾਦ ਕਰ ਰਿਹਾ, ਅਤੇ ਤੇਰਾ ਕੰਮ ਸੀਗਾ ਵੀ ਸਾਧੂਆਂ ਦੀ ਸੰਗਤ 'ਚ ਆ ਕੇ ਤੂੰ ਨਾਮ ਦੇ ਨਾਮ ਭਜਦਾ, ਭਜਨ ਗਾਉਂਦਾ, ਕੀਰਤਨ ਕਰਦਾ, ਇਹ ਤੇਰੇ ਨਾਲ ਜਾਣੇ ਸੀ ਸਾਰੀਆਂ ਚੀਜ਼ਾਂ। ਬਾਕੀ ਜਿਹੜੇ ਰੰਗ ਤਮਾਸ਼ੇ ਨੇ ਉਹ ਨਾਲ ਨਹੀਂ ਜਾਇਆ ਕਰਦੇ, ਪੁੱਠੇ ਪਾਸੇ ਨੂੰ ਪੈ ਕੇ ਪੱਥਰਾਂ ਵਾਂਗੂ ਭਾਰੇ ਹੋ ਜਾਇਆ ਕਰਦੇ ਨੇ। ਫਿਰ ਆਦਮੀ ਰੋਂਦਾ ਅਤੇ ਪਛਤਾਉਂਦਾ, ਆਪੀ ਨਾ ਭੋਗ ਭੋਗ ਕਹਿ ਹੋਏ ਪਸਮਣ ਪਾਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਕੱਥ ਚਲਾਇਆ, ਅੱਗੇ ਕਰਨੀ ਕੀਰਤ ਬਾਚਿਆ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪੌਦੇ ਹੁਣ ਸੁਣਿਆ ਕਰਵਾਇਆ, ਮਨਨ ਦੇ ਜਨਮ ਗਵਾਇਆ। ਮਨ ਦਾ ਅੰਨਾ ਜਨਮ ਗਵਾ ਕੇ ਤੁਰ ਜਾਂਦਾ। ਕਹਿੰਦੇ ਹੈਰਾਨੀ ਦੀ ਗੱਲ ਹੈ, ਜਿਵੇਂ ਹੁਣ ਇਹ ਦੱਸ ਰਹੀ ਸੀ ਕਿ ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੌਲ ਕੁਚੋਲਾ। ਕੋਈ ਉਹ ਹੋਣਾ ਪੁਰਸ਼ ਜਿਹੜਾ ਮਾਇਆ ਤੋਂ ਰਹਿਤ ਹੋਣਾ, ਬਾਕੀ ਤਾਂ ਸਭ ਦੇ ਉੱਤੇ ਮਾਇਆ ਪਈ ਹੋਈ ਹੈ। ਮਾਇਆ ਨੂੰ ਸਮਝਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਸੁਖਾਲੀ ਜੀ, ਕਿ ਇੱਕ ਵਾਰੀ ਕ੍ਰਿਸ਼ਨ ਮਹਾਰਾਜ ਅਰਜਨ ਦੇ ਨਾਲ ਜਾ ਰਹੇ ਨੇ, ਜਾਂਦੇ ਜਾਂਦੇ ਗੱਲ ਚੱਲ ਪਈ, ਕਹਿਣ ਲੱਗੇ ਅਰਜਨ ਮੈਂ ਆਪਣੀ ਤਿਰਗੁਣੀ ਮਾਇਆ ਦੇ ਉਹਲੇ ਹੋ ਕੇ ਸਾਰਾ ਕੰਮ ਕਰਦਾ, ਸੰਸਾਰ ਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ। ਕਹਿਣ ਲੱਗੇ ਮਹਾਰਾਜ ਕਿਸ ਤਰ੍ਹਾਂ? ਕਹਿੰਦੇ ਮੈਂ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨ ਗੁਣ ਮਾਇਆ 'ਚ ਪਾਏ ਹੋਏ ਨੇ,
ਇਹਨਾਂ ਦੇ ਉਰਲੇ ਰਹਿ ਕੇ ਕੰਮ ਕਰਨਾ, ਮੈਨੂੰ ਨਹੀਂ ਜਾਣਦੇ, ਮੇਰੀ ਮਾਇਆ ਨੂੰ ਜਾਣਦੇ ਨੇ, ਜਿਹੜਾ ਕਿ ਇੱਕ ਛਲ ਹੈ ਸਾਰਿਆਂ ਦੇ ਨਾਲ। ਕਹਿਣ ਲੱਗਿਆ ਮਹਾਰਾਜ ਮਾਇਆ ਕਰਦੀ ਕੀ ਆ? ਕਹਿੰਦੇ ਇਹ ਪਰਮੇਸ਼ੁਰ ਨੂੰ ਭੁਲਾ ਦਿੰਦੀ ਆ, ਵਾਹਿਗੁਰੂ ਨਹੀਂ ਯਾਦ ਰਹਿੰਦਾ ਕਦੇ ਵੀ ਇਹ ਦਿਨ, ਅਤੇ ਆਪਣੇ ਆਪ ਨੂੰ ਵੀ ਭੁਲਾ ਦਿੰਦੀ ਹੈ। ਹੁਣ ਤੁਸੀਂ ਹੈਰਾਨ ਹੋਵੋਗੇ, ਆਪਣੇ ਆਪ ਨੂੰ ਕੋਈ ਭੁੱਲ ਜਾਂਦਾ? ਇਹ ਗੱਲ ਮੈਂ ਬਾਅਦ 'ਚ ਦੱਸਾਂਗਾ ਜੇ ਮੇਰੇ ਯਾਦ ਰਹੀ। ਸੋ ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੀ ਮਾਇਆ ਦੇਖਣੀ ਚਾਹੁੰਦਾ। ਕਹਿੰਦੇ ਨਾ, ਔਖਾ ਹੋਏਗਾ, ਦੁਖੀ ਹੋਏਗਾ, ਕੀ ਲੈਣਾ ਮਾਇਆ ਦੇਖ ਕੇ? ਕਿਉਂਕਿ ਉਹ ਐਸੀ ਚੀਜ਼ ਹੈ ਕਿ ਆਦਮੀ ਹੈਰਾਨ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੀ ਗੱਲ ਠੀਕ ਹੈ ਕਿਹੜੀ ਗਲਤ ਹੈ। ਇਹ ਨਾ ਇਹ ਦੇਖੇ ਤਾਂ ਚੰਗਾ। ਕਹਿਣ ਲੱਗਿਆ ਨਹੀਂ ਮਹਾਰਾਜ, ਮੈਂ ਦੇਖਣਾ ਚਾਹੁੰਦਾ ਇਹ ਅਸਲ 'ਚ ਹੈ ਕੀ ਚੀਜ਼। ਕ੍ਰਿਸ਼ਨ ਮਹਾਰਾਜ ਨੇ ਮਾਇਆ ਪਾ ਦਿੱਤੀ, ਉਹਨੂੰ ਕਿਹਾ ਚੰਗਾ ਜਾ ਲਿਆ ਪਾਣੀ, ਲਿਆ ਅਸੀਂ ਦਾਤਣ ਕਰਨੀ ਹੈ। ਉਹ ਪਾਣੀ ਦੇ ਵਿੱਚ ਪੈਰ ਰੱਖਿਆ ਉਹਨੇ, ਕੋਡਾ ਹੋ ਗਿਆ ਜਾਂ ਗੜਵੀ ਭਰਨ ਲੱਗਿਆ, ਉੱਥੇ ਮਾਇਆ ਪਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਵੀ ਮੁਲਤਾਨੀ ਰਾਮ 'ਤੇ ਇਵੇਂ ਜਿਵੇਂ ਸੇਮ ਟੂ ਸੇਮ ਹੈ ਉਹ ਵੀ ਕਹਾਣੀ। ਸੋ ਉਹਦੇ ਨਾਲ ਉਹ ਕੀ ਦੇਖਦਾ ਵੀ ਉੱਥੇ ਕ੍ਰਿਸ਼ਨ ਮਹਾਰਾਜ ਹੈ ਨਹੀਂ, ਅਤੇ ਉਹਦੀ ਥਾਂ ਦੇ ਉੱਤੇ ਸ਼ੇਰ ਵਗੈਰੇ ਚਿੱਤਰੇ ਹੋਰ ਜੰਗਲੀ ਜਾਨਵਰ ਬੜੇ ਬੜੇ ਅਜਿਹਾ ਸੱਪ ਦੌੜੇ ਫਿਰਦੇ ਨੇ ਫੰਕਾਰੇ ਮਾਰਦੇ। ਉਸ ਵੇਲੇ ਆਵਾਜ਼ਾਂ ਦੇਣ ਲੱਗ ਗਿਆ, ਕਹਿਣ ਲੱਗਿਆ ਵੀ ਮਹਾਰਾਜ ਤੁਸੀਂ ਚਲੇ ਕਿੱਥੇ ਗਏ, ਕਿੱਧਰ ਚਲੇ ਗਏ, ਮੈਨੂੰ ਇਕੱਲੇ ਨੂੰ ਛੱਡ ਕੇ ਕਿੱਥੇ ਗਏ? ਰਾਤ ਪੈ ਗਈ, ਰੋਂਦੇ ਕਲਾਉਂਦੇ ਨੂੰ ਦਰੱਖਤਾਂ 'ਤੇ ਚੜ੍ਹਿਆ, ਚੜ੍ਹ ਕੇ ਰਾਤ ਕੱਟੀ, ਦੂਜਾ ਦਿਨ ਫੇਰ ਹੋ ਗਿਆ, ਭੁੱਖਾ 'ਤੇ ਆਇਆ, ਫਿਰ ਟੋਲਦਾ ਫਿਰਦਾ ਹੈ। ਦੂਸਰੇ ਦਿਨ ਵੀ ਦਰੱਖਤ 'ਤੇ ਚੜ੍ਹ ਕੇ ਕੱਟਿਆ, ਤੀਸਰੇ ਦਿਨ ਜੰਗਲ ਤੋਂ ਬਾਹਰ ਆ ਗਿਆ। ਉੱਥੋਂ ਕੋਈ ਪ੍ਰੇਮੀ ਜਾਂਦਾ ਸੀ, ਕਹਿਣ ਲੱਗੇ ਪਰਦੇਸੀਆ ਕੀ ਗੱਲ ਤੂੰ ਇੰਨਾ ਰੋ ਰਿਹਾ? ਉਹ ਕਹਿਣ ਲੱਗਾ ਕਿ ਮੈਂ ਪਰਸੋਂ ਕ੍ਰਿਸ਼ਨ ਮਹਾਰਾਜ ਨਾਲ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਚਲੇ ਗਏ ਉਹ। ਇਹ ਵੀ ਭੁੱਲ ਗਿਆ ਕਿ ਮੈਂ ਕਿਹਾ ਸੀ ਮੇਰੇ 'ਤੇ ਮਾਇਆ ਪਾਓ। ਉਹਦੇ ਮੂੰਹ ਵੱਲ ਦੇਖਣ ਲੱਗ ਗਿਆ, ਕਹਿੰਦਾ ਕੀ ਦੇਖਦਾ ਤੂੰ ਮੇਰੇ ਵੱਲ? ਕਹਿੰਦਾ ਮੈਂ ਐਂ ਦੇਖਦਾ, ਤੇਰਾ ਨਾਂ ਕੀ ਆ? ਕਹਿੰਦਾ ਅਰਜਨ। ਅਤੇ ਕਿਹੜੇ ਕ੍ਰਿਸ਼ਨ ਦੀ ਗੱਲ ਕਰਦਾ, ਤੂੰ ਕਿਹੜਾ ਅਰਜਨ ਹੈ? ਉਹ ਕਹਿਣ ਲੱਗਿਆ ਮੈਂ ਇੱਥੇ ਦਾ ਬਾਦਸ਼ਾਹ ਜਿਨ੍ਹਾਂ ਨੇ ਮਹਾਂਭਾਰਤ ਦਾ ਯੁੱਧ ਜਿੱਤਿਆ, ਅਤੇ ਕ੍ਰਿਸ਼ਨ ਮਹਾਰਾਜ ਜੀ ਉਹੀ ਨੇ ਜਿਹੜੇ ਦੁਆਪਰ ਯੁੱਗ ਦੇ 16 ਕਲਾਂ ਸੰਪੂਰਨ ਅਵਤਾਰ ਨੇ, ਹੋਰ ਮੈਂ ਕਿਸੇ ਕ੍ਰਿਸ਼ਨ ਦੀ ਬਾਤ ਨਹੀਂ ਕਰਦਾ। ਕਹਿਣ ਲੱਗਾ ਦੇਖੀ ਮੇਰੇ ਨਾਲ ਗੁੱਸੇ ਨਾ ਹੋ ਜੀ, ਮੈਨੂੰ ਲੱਗਦਾ ਵੀ ਤੂੰ ਪਾਗਲਖਾਨੇ ਨੱਠ ਕੇ ਆਏ। ਉਹ ਕਹਿਣ ਲੱਗਿਆ ਕਿ ਮੈਂ ਇਹ ਗੱਲ ਤੂੰ ਕਿਉਂ ਕਹਿਣਾ? ਕਹਿਣ ਲੱਗਾ ਮੈਂ ਤਾਂ ਕਹਿਣਾ ਕ੍ਰਿਸ਼ਨ ਨੂੰ ਹੋਏ ਨੂੰ ਪੂਰੇ 300 ਸਾਲ ਹੋ ਚੁੱਕੇ ਨੇ, ਉਹ ਪਾਂਡਵ ਬਰਫਾਂ ਜਾ ਕੇ ਗਲ ਗਏ ਸੀਗੇ, ਅਤੇ ਉਹਨਾਂ ਦਾ ਲੜਕਾ ਅਭਿਮਨਿਊ ਮਾਰਿਆ ਗਿਆ ਸੀ, ਅਤੇ ਉਹਦਾ ਪੁੱਤਰ ਜਿਹੜਾ ਸੀਗਾ ਪ੍ਰੀਸ਼ਤ ਉਹ ਰਾਜ ਦੇ ਬੈਠਿਆ, ਉਹਨੇ ਬਹੁਤ ਸਾਲ ਰਾਜ ਕਰਿਆ, 60-70 ਸਾਲ, ਫਿਰ ਉਹ ਸੱਪ ਲੜਕੇ ਮਰ ਗਿਆ, ਰਿਸ਼ੀ ਦਾ ਸਰਾਪ ਹੋ ਗਿਆ ਸੀ। ਉਹਦੇ ਬਾਅਦ ਫਿਰ ਉਹਦਾ ਪੁੱਤਰ ਗਾਂ ਰਾਜਾ ਜਨਮੇਜਾ ਬੈਠਿਆ ਤਖਤ ਦੇ ਉੱਤੇ, ਉਹਦੇ ਵੀ ਲੱਕ 'ਤੇ ਉਹ ਕੋਹੜ ਹੋ ਗਿਆ ਕਿਉਂਕਿ ਉਹਨੇ 3 ਕਾਰ ਜੱਗ 18 ਕਾਏ ਕਿਤਨਾ ਚਲੇ ਚਲਾਇਆ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਲਿਖਿਆ ਹੋਇਆ ਮੱਥੇ ਦਾ ਲੇਖ ਆ ਉਹ ਟਲਿਆ ਨਹੀਂ ਕਰਦਾ। ਉਹਨੇ ਹੱਠ ਕਰਿਆ ਸੀ ਜਨਮੇਜੇ ਨੇ ਵੀ ਮੈਂ ਨਹੀਂ ਹੋਣ ਦਿੰਦਾ। ਰਾਜਾ ਜਨਮੇਜਾ ਦੇਵਤੀ ਬਰਜ ਵਿਆਸ ਪੜਾਇਆ, ਬਰਜ ਬਰਜ ਕੇ ਰੋਕ ਰੋਕ ਕੇ ਉਹਨੂੰ ਪੜਾਇਆ ਵੀ ਜੇ ਆਹ ਗੱਲ ਹੋ ਗਈ ਤਾਂ ਆਹ ਨਾ ਕਰੀ, ਆਹ ਗੱਲ ਹੋ ਗਈ ਆਹ ਨਾ ਕਰੀ।
ਉਹ ਕਹਿੰਦਾ ਸੀ ਮੈਂ ਤਾਂ ਕੋਈ ਵੀ ਨਹੀਂ ਕਰਨੀ, ਉਹ ਕਹਿੰਦਾ ਸਾਰੀਆਂ ਹੀ ਕਰੇਗਾ। ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗੇ ਵੀ ਉਹ ਵੀ ਕਥਾ ਅਸੀਂ ਸੁਣ ਲਈ ਹੈ, ਹੁਣ ਉਹਦਾ ਲੜਕਾ ਰਾਜ ਕਰ ਰਿਹਾ, ਤੂੰ ਅਰਜਨ, ਕਹਿੰਦਾ ਮੈਂ ਅਰਜਨ ਹਾਂ, ਤੂੰ ਕਿਤੇ ਪਾਕਿਸਤਾਨੀ ਤਾਂ ਨੱਠ ਗਿਆ, ਜੇ ਮੇਰਾ ਅਕੀਨ ਨਹੀਂ ਆਉਂਦਾ ਤਾਂ ਚੱਲ। ਧਰਮਸ਼ਾਲਾ ਚਲੇ ਗਏ, ਉੱਥੇ ਪੰਡਿਤ ਕਥਾ ਕਰ ਰਹੇ ਸੀ ਮਹਾਭਾਰਤ ਦੀ। ਉਹਨੇ ਕਿਹਾ ਗੱਲਾਂ ਸਾਰੀਆਂ ਠੀਕ ਕਹਿ ਰਹੇ ਨੇ, ਗਾਹਾਂ ਵਾਲੀਆਂ ਗੱਲਾਂ ਸੁਣੀਆਂ। ਉਹਨੂੰ ਭਰਮ ਪੈ ਗਿਆ ਵੀ ਮੈਂ ਫਿਰ ਕੌਣ ਹੋਇਆ, ਮੇਰਾ ਨਾਂ ਕੀ ਹੋਇਆ। ਉਹਨੇ ਪ੍ਰਦੇਸੀ ਕਿਹਾ ਸੀ, ਉਹਨੇ ਕਿਹਾ ਵੀ ਪ੍ਰਦੇਸੀ ਆ ਮੇਰਾ ਨਾਂ, ਅਰਜਨ ਦਾ ਵੀ ਨਾਂ ਭੁੱਲ ਗਿਆ। ਉਹ ਰਾਜੇ ਨੇ ਦੇਖਿਆ ਵੀ ਬੜਾ ਯੋਧਾ ਹੈ, ਉਸਨੇ ਆਪਣੇ ਲੜਕੀ ਦੀ ਸ਼ਾਦੀ ਉਹਦੇ ਨਾਲ ਕਰ ਦਿੱਤੀ, ਬਹੁਤ ਸਾਲ ਜਿਉਂਆ। ਉਹਦੇ ਬਾਅਦ ਉਹ ਘਰਵਾਲੀ ਚੜ੍ਹਾਈ ਕਰ ਗਈ, ਪਿਆਰ ਇੰਨਾ ਪਿਆ ਹੋਇਆ ਸੀ। ਉਹਨੇ ਕਿਹਾ ਕਿ ਮੈਂ ਵੀ ਨਾਲ ਚੱਲਣਾ ਇਹਦੇ। ਸਭ ਨੇ ਸਮਝਾਇਆ ਵੀ ਆਦਮੀ ਤਾਂ ਸਤੀ ਨਹੀਂ ਹੁੰਦੇ ਹੁੰਦੇ, ਬੀਬੀਆਂ ਹੁੰਦੀਆਂ ਹੁੰਦੀਆਂ। ਕਹਿੰਦਾ ਮੈਂ ਤਾਂ ਆਪ ਹੋਊਂਗਾ। ਅਖੀਰ ਜਦ ਨਾ ਇਹ ਮੰਨਿਆ ਤਾਂ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਉਹਦੇ ਕੋਲ। ਉਦੋਂ ਨੇ ਆ ਕੇ ਕਿਹਾ ਵੀ ਅਰਜਨ ਇਹ ਕੀ ਗੱਲਾਂ ਕਰਦਾ, ਕਹਿੰਦਾ ਜਾ ਨੱਠ ਜਾ। ਕਹਿੰਦਾ ਅਰਜਨ ਨਹੀਂ ਮੈਂ ਪਰਦੇਸੀ ਹਾਂ। ਉਹ ਕਹਿੰਦਾ ਤੇਰੇ 'ਤੇ ਮਾਇਆ ਪਾਈ ਆ ਕ੍ਰਿਸ਼ਨ ਮਹਾਰਾਜ ਨੇ। ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਕ੍ਰਿਸ਼ਨ ਕੌਣ ਹੈ, ਮੇਰੇ ਕੋਲ ਉਹਦਾ ਨਾਂ ਨਾ ਨਹੀਂ ਬਿਲਕੁਲ। ਇੰਨਾ ਖਿਲਾਫ ਹੋ ਗਿਆ ਕਿਸੇ ਨੂੰ ਨਾਂ ਨਾ ਲੈਣ ਦੇਵੇ। ਜਦ ਇਸ ਤਰ੍ਹਾਂ ਵੀ ਨਾ ਮੰਨਿਆ ਤਾਂ ਉਹ ਲੋਕਾਂ ਨੇ ਕਿਹਾ ਵੀ ਚੰਗਾ ਫਿਰ ਤੂੰ ਐਂ ਕਰ, ਆ ਤਲਾਅ ਦੇ ਵਿੱਚ ਇਸ਼ਨਾਨ ਕਰਿਆ। ਜਦੋਂ ਇਸ਼ਨਾਨ ਕਰਨ ਵਾਸਤੇ ਤਲਾਅ ਦੇ ਕੋਲ ਜਾ ਕੇ ਪੌੜੀ 'ਤੇ ਪੈਰ ਰੱਖਿਆ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਮਾਇਆ ਲਾ ਤੀ, ਹੱਥ 'ਚ ਗੜਵੀ ਹੈ, ਅਤੇ ਦੇਖਦਾ ਕ੍ਰਿਸ਼ਨ ਮਹਾਰਾਜ ਨੂੰ ਪਛਾਣ ਨਹੀਂ ਰਿਹਾ। ਉਹ ਕਹਿੰਦੇ ਅਰਜਨ ਮੈਂ ਤੇਰੇ 'ਤੇ ਮਾਇਆ ਪਾਈ ਸੀ। ਕਹਿੰਦਾ ਤੂੰ ਕੌਣ ਹੈ? ਕਹਿਣ ਲੱਗਾ ਮੈਂ ਤੇਰਾ ਸਖਾ, ਆਪਾਂ ਦੋਵੇਂ ਇਕੱਠੇ ਸੀਗੇ ਤਾਂ ਮੈਂ ਤਾਂ ਕਿਹਾ ਸੀ ਵੀ ਮੇਰੀ ਤ੍ਰਿਗੁਣੀ ਮਾਇਆ ਦੇ ਓਹਲੇ ਰਹਿ ਕੇ ਮੈਂ ਕੰਮ ਕਰਦਾ, ਮੈਨੂੰ ਸੰਸਾਰ ਪਛਾਣ ਨਹੀਂ ਸਕਦਾ, ਸਾਰਾ ਕੰਮ ਮੈਂ ਕਰ ਰਿਹਾ, ਸੰਸਾਰ ਕਹਿੰਦਾ ਕਿ ਮੈਂ ਕਰਦੇ। ਮਹਾਰਾਜ ਕਹਿੰਦੇ ਨੇ ਇਸ ਕਾ ਬਲ ਨਾਹੀ ਇਹ ਸਾਥ ਕਰਨ ਕਰਾਵਨ ਸਰਵ ਕੋ ਨਾਥ, ਆਗਿਆਕਾਰੀ ਬਪਰਾ ਜੀਓ ਜੋਤ ਪਾਵੈ ਸੋਈ ਦਿਓ। ਇੱਥੇ ਕੋਈ ਵੀ ਕੁਛ ਨਹੀਂ ਕਰ ਰਿਹਾ, ਪਰਮੇਸ਼ੁਰ ਆਪਣੀ ਖੇਲ ਆਪ ਕਰ ਰਿਹਾ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣਾ ਤੋ ਫਿਰੇ। ਉਹਦੇ ਬਾਅਦ ਕ੍ਰਿਸ਼ਨ ਮਹਾਰਾਜ ਨੇ ਹਲਕਾ ਜਿਹਾ ਉਹਦੇ ਮੂੰਹ 'ਤੇ ਐਂ ਤਮਾਚਾ ਜਿਹਾ ਮਾਰਿਆ, ਮਾਇਆ ਲਾ ਤੀ। ਉਹ ਦੇਖਦਾ ਵੀ ਇਹ ਕਿ ਉਹ ਕਿੱਧਰ ਚਲਾ ਗਿਆ, ਸਾਰਾ ਸੀਨ ਹੀ ਬਦਲ ਗਿਆ। ਉਹ ਕਹਿੰਦੇ ਅਰਜਨ ਤੂੰ ਆਇਆ ਨਾ ਪਾਣੀ ਲੈ ਕੇ, ਮੈਂ ਦਾਤਣ ਕਰਨੀ ਸੀ, ਕੀ ਸੋਚਣ ਲੱਗ ਗਿਆ ਇੱਥੇ ਖੜਾ। ਹੁਣ ਉੱਧਰ ਤਾਂ ਉਮਰ 'ਚ ਗੁਜ਼ਾਰਿਆ ਆ, ਵਿਆਹ ਵੀ ਕਰਾ ਲਿਆ, ਸਭ ਕੁਛ ਕਰ ਲਿਆ, ਅਤੇ ਇਧਰਲੇ ਪਾਸੇ ਕੁਛ ਵੀ ਨਹੀਂ ਟਾਈਮ ਹੋਇਆ। ਉਹ ਵੀ ਯਾਦ ਆ ਗਿਆ ਮੇਰਾ ਧਨ ਛਾਪ ਹੈ, ਮੈਂ ਤਾਂ ਰੱਥ 'ਚੋਂ ਉਤਰਿਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਵੀ ਇਹਨੂੰ ਇਹ ਮਾਇਆ ਕਹਿੰਦੇ ਨੇ, ਮਾਇਆ ਪੈਸਾ ਟਕਾ ਨਹੀਂ ਹੁੰਦਾ, ਮਾਇਆ ਹੁੰਦੀ ਹੈ ਇਹਨੂੰ ਅੰਗਰੇਜ਼ੀ ਵਿੱਚ ਅਲਿਊਜ਼ਨ ਕਹਿੰਦੇ ਨੇ, ਇਗਨੋਰੈਂਸ ਕਹਿੰਦੇ ਨੇ, ਬੁਰਲ ਕਹਿੰਦੇ ਨੇ, ਅਵਿਦਿਆ ਕਹਿੰਦੇ ਨੇ। ਇਹ ਸਾਰੇ ਸੰਸਾਰ 'ਤੇ ਪਈ ਹੋਈ। ਉਹਨੇ ਕੰਮ ਕੀ ਕਰਿਆ, ਇਹਨੂੰ ਮਾਇਆ ਜਗਦੀਸ਼ ਕਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਹੁਣ ਮਹਾਂਪੁਰਸ਼ਾਂ ਨੂੰ ਪਰਮੇਸ਼ੁਰ ਭੇਜਦਾ ਵੀ ਸੰਸਾਰ ਨੂੰ ਜਗਾਓ, ਹੋਕਾ ਦਿਓ। ਮਹਾਂਪੁਰਸ਼ ਕਹਿੰਦੇ ਕਿਹਨੂੰ ਹੋਕਾ ਦੇਈਏ, ਮਾੜੇ ਭਾਗ ਨੇ ਸੰਸਾਰ ਦੇ, ਹੋਕਾ ਦਿੱਤੇ ਦੇ ਜਾਗਦੇ ਨਹੀਂ। ਫਰੀਦਾ ਕੂ ਕਹਿੰਦੇ ਹਾਂ, ਚਾਹ ਕਹਿੰਦੇ ਹਾਂ, ਮੱਤੀ ਦਿੰਦੇ ਹਾਂ, ਨਿੱਤ ਜੋ ਸ਼ੈਤਾਨ ਮਝਾਇਆ ਸਿੱਖਿਤ ਫੇਰੇ ਚਿੱਤ।
ਅਸੀਂ ਕਹਿੰਦੇ ਅਸੀਂ ਤਾਂ ਜਾਗਦੇ ਹਾਂ ਜੀ, ਰਾਤ ਨੂੰ ਸੌਂਦੇ ਹਾਂ ਮਹਾਰਾਜ। ਕਹਿੰਦੇ ਹੁਣ ਵੀ ਤੂੰ ਸੁੱਤਾ ਪਿਆ ਮਾਇਆ ਦੀ ਨੀਂਦ ਵਿੱਚ, ਤੂੰ ਮਾਇਆ ਦੇ ਅੰਦਰ ਆਇਆ ਹੋਇਆ ਅਲਿਊਜ਼ਨ ਦੇ ਨਾਲ, ਅਵਿਦਿਆ ਦੇ ਨਾਲ, ਤੈਨੂੰ ਤਾਂ ਇਹੀ ਨਹੀਂ ਪਤਾ ਤੂੰ ਕੌਣ ਹੈ। ਮਹਾਰਾਜ ਕਹਿੰਦੇ ਸੁਣ ਰਹੇ ਤੂੰ ਕੌਣ, ਕਹਾਂ 'ਤੇ ਆਇਆ, ਕਿੰਨਾ ਤੂੰ ਹੈ, ਕੌਣ, ਕਿੱਥੋਂ ਆਇਆ ਹੈ। ਕਹਿੰਦਾ ਜੀ ਮੈਂ ਤਾਂ ਫਲਾਣੇ ਥਾਂ 'ਤੇ ਆਇਆ, ਫਲਾਣੇ ਮਹੱਲੇ ਤੋਂ ਆਇਆ। ਮਹਾਰਾਜ ਕਹਿੰਦੇ ਉਹ ਗੱਲ ਨਹੀਂ, ਕਹਿੰਦੇ ਤੂੰ ਦੱਸ ਕੌਣ ਹੈ, ਸਾਨੂੰ ਇਸ ਗੱਲ ਦਾ ਹੀ ਨਹੀਂ ਪਤਾ ਹੈਗਾ ਵੀ ਅਸੀਂ ਕੌਣ, ਕਿੰਨੀ ਅਲਿਊਜ਼ਨ, ਕਿੰਨੀ ਵਿਦਿਆ ਹੈ, ਕਿ ਅਸੀਂ ਭੁੱਲੇ ਪਏ ਹਾਂ ਇਸ ਗੱਲ ਨੂੰ। ਜਿਹਨੂੰ ਆਪੇ ਨਾ ਪਤਾ ਹੋਵੇ ਉਹਦੀ ਪੜ੍ਹਾਈ ਕਿਹੜੀ ਹੈ। ਮੈਂ ਕਹੇ ਪੀ ਐੱਚ ਡੀ ਹੈ, ਇਹ ਡੀਲਿਟ ਹੈ ਜੀ, ਬੜਾ ਬਹੁਤਾ ਵਿਦਵਾਨ ਹੈ ਜੀ। ਮਹਾਰਾਜ ਕਹਿੰਦੇ ਤੂੰ ਤਾਂ ਭੁੱਲਿਆ ਪਿਆ, ਤੈਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਮੈਂ ਕੌਣ। ਇੱਥੇ ਆ ਕੇ ਅਸੀਂ ਮਹਾਰਾਜ 'ਤੇ ਬਾਗੀ ਹੋ ਜਾਂਦੇ ਹਾਂ ਵੀ ਮਹਾਰਾਜ ਐਡਾ ਸ਼ਬਦ ਨਾ ਕਹੋ, ਮੇਰਾ ਨਾਮ ਬਰਿਆਮ ਸਿੰਘ ਹੈ, ਮੈਂ ਫਲਾਣੇ ਥਾਂ ਰਹਿਣਾ, ਅੱਛੀ ਤਰ੍ਹਾਂ ਮੈਂ ਜਾਣਦਾ, ਫਲਾਣਾ ਮੇਰਾ ਪਿਤਾ ਹੈ, ਫਲਾਣੀ ਮੇਰੀ ਮਾਤਾ ਹੈ। ਇਸ ਨੂੰ ਅਸੀਂ ਜਾਗ ਕਹਿੰਦੇ ਹਾਂ। ਜਿਹੜਾ ਹੁਣੇ ਇਹਨਾਂ ਨੇ ਕਿਹਾ ਸੀ ਗੁਰਸਿੱਖ ਜੋਗੀ ਜਾਗਦੇ, ਜੋਗੀ ਹੁੰਦਾ ਜਿਹੜਾ ਪਰਮੇਸ਼ੁਰ ਨਾਲ ਜੁੜਿਆ ਹੋਇਆ ਹੋਵੇ। ਜਿਹੜੇ ਜੁੜ ਜਾਂਦੇ ਨੇ ਉਹ ਜਾਗਦੇ ਨੇ, ਬਾਕੀ ਤਾਂ ਸਾਰਾ ਸੰਸਾਰ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਰੀ, ਸਭ ਸੁੱਤੇ ਪਏ ਨੇ, ਕਿਸੇ ਨੂੰ ਜਾਗ ਨਹੀਂ ਆਉਂਦੀ। ਕੋਈ ਬਿਰਲਾ ਬਿਰਲਾ ਹੈ ਜਿਹੜਾ ਜਾਗਦਾ, ਉਹ ਵੀ ਲੱਖਾਂ 'ਚੋਂ ਸ਼ਾਇਦ ਇੱਕ ਹੋਵੇ ਤਾਂ ਹੋਵੇ, ਨਹੀਂ ਸੁੱਤੇ, ਸੁੱਤਿਆਂ ਦੀ ਉਮਰ ਬੀਤ ਜਾਂਦੀ। ਸਾਨੂੰ ਇਹ ਨਹੀਂ ਪਤਾ ਅਸੀਂ ਹਾਂ ਕੌਣ, ਜੇ ਇੰਨਾ ਹੀ ਜਾਣ ਜੀਏ ਨਾ ਅਸੀਂ ਹਾਂ ਕੌਣ ਪਤਾ ਲੱਗ ਜਾਏ ਤਾਂ ਵੀ ਸਾਡਾ ਕਲਿਆਣ ਹੋ ਸਕਦਾ। ਜੇ ਮੈਨੂੰ ਕਹੇ ਵੀ ਤੁਸੀਂ ਐਵੇਂ ਕਹੀ ਜਾਂਦੇ ਹੋ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਇਹ ਹਾਂ, ਮੈਂ ਉਹਨੂੰ ਪੁੱਛ ਲੈਣਾ ਚੰਗਾ ਫਿਰ ਤੂੰ ਐਂ ਦੱਸ ਬਈ ਆ ਬਾਹਾਂ ਕਿਹਦੀਆਂ ਨੇ, ਕਹਿੰਦਾ ਮੇਰੀਆਂ। ਲੱਤਾਂ ਨੂੰ ਹੱਥ ਲਾਇਆ, ਮੈਂ ਕਿਹਾ ਇਹ ਕਿਹਦੀਆਂ ਲੱਤਾਂ ਨੇ, ਕਹਿੰਦਾ ਮੇਰੀਆਂ। ਪੇਟ ਨੂੰ ਹੱਥ ਲਾਇਆ ਵੀ ਇਹ ਕਿਹਦਾ ਪੇਟ ਹੈ, ਕਹਿੰਦਾ ਮੇਰਾ। ਛਾਤੀ ਨੂੰ ਹੱਥ ਲਾਇਆ, ਕਹਿੰਦਾ ਮੇਰੀ ਛਾਤੀ। ਸਿਰ ਨੂੰ ਲਾਇਆ, ਮੇਰਾ ਸਿਰ। ਉਹ ਤੇਰਾ ਸਿਰ ਹੈ, ਤੇਰੀਆਂ ਬਾਹਾਂ ਨੇ, ਤੇਰੀ ਛਾਤੀ ਹੈ, ਤੇਰੀਆਂ ਲੱਤਾਂ ਨੇ, ਤੂੰ ਕੌਣ ਹੋਇਆ। ਇਹ ਗੱਲ ਦਾ ਨਹੀਂ ਸਾਨੂੰ ਪਤਾ ਲੱਗਦਾ। ਇਹ ਇੱਕ ਨੀਂਦ ਹੈ ਬੜੀ ਜ਼ਬਰਦਸਤੀ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮਹਾਰਾਜ ਕਹਿੰਦੇ ਮੂਰਖ ਨੇ, ਫੂਲ ਨੇ, ਇਸਨੇ ਚਿੱਤ ਸੁਪਨੇ ਨਾਲ ਲਾ ਲਿਆ। ਬਿਸਰੇ ਰਾਜ ਰਸ ਭੋਗ ਜਾਗਤ ਪਿਖਲਾਇਆ। ਇਹ ਇੱਕ ਅਲਿਊਜ਼ਨ ਹੈ ਜਿਹਦੇ ਵਾਸਤੇ ਮਹਾਂਪੁਰਸ਼ ਹਾਕਾਂ ਮਾਰਦੇ ਆ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਵਜਾਇਆ ਸਿੱਖਿਤ ਫੇਰੇ 'ਚ। ਜਿਨ੍ਹਾਂ ਦੇ ਅੰਦਰ ਕਲਯੁੱਗ ਬੈਠ ਗਿਆ ਸ਼ੈਤਾਨ, ਇਸਲਾਮ ਦੇ ਵਿੱਚ ਇੱਕ ਦੇਵਤਾ ਹੈ ਜਿਹੜਾ ਦੇਵਤਾ ਪਰਮੇਸ਼ੁਰ ਤੋਂ ਭੁਲਾਉਂਦਾ ਹੈ। ਪਰਮੇਸ਼ੁਰ ਨੇ ਜਦੋਂ ਇਨਸਾਨ ਨੂੰ ਬਣਾਇਆ, ਸਾਰੇ ਦੇਵਤਿਆਂ ਨੂੰ, ਫਰਿਸ਼ਤਿਆਂ ਨੂੰ ਕਿਹਾ ਵੀ ਤੁਸੀਂ ਇਹਨੂੰ ਨਮਸਕਾਰ ਕਰੋ। ਉਸ ਵੇਲੇ ਸਾਰਿਆਂ ਨੇ ਕਰਤੀ, ਜਿਹੜਾ ਮੁਕਾਇਲ ਸੀ ਉਹਨੇ ਨਾ ਕਰੀ, ਉਹ ਵੀ ਫਰਿਸ਼ਤਾ ਸੀ, ਸੀਗਾ ਬੜਾ ਇੰਪੋਰਟੈਂਟ। ਉਹ ਫਿਰ ਹੁਕਮ ਹੋਇਆ ਵੀ ਤੂੰ ਇਹਨੂੰ ਨਮਸਕਾਰ ਕਰ। ਕਹਿਣ ਲੱਗੇ ਮੈਂ ਮਨੁੱਖ ਨੂੰ ਕੀ ਨਮਸਕਾਰ ਕਰਨੀ ਹੈ, ਇਹਦੀ ਸ਼ਕਤੀ ਉਹ ਕੋਈ ਨਹੀਂ ਹੈ। ਉਹ ਕਹਿਣ ਲੱਗਿਆ ਤਾਂ ਇਹਨੂੰ ਨਹੀਂ ਕਰਨੀ। ਪਰਮੇਸ਼ੁਰ ਕਹਿੰਦਾ ਮੈਂ ਆਪਣਾ ਆਪ ਇਸ ਮਨੁੱਖ ਦੇ ਵਿੱਚ ਰੱਖਤਾ, ਇਸ ਕਰਕੇ ਥੋਤੇ ਮੈਂ ਨਮਸਕਾਰ ਕਰਾਉਣਾ। ਉਹਨੇ ਮੰਨੀ ਨਾ, ਉਹਨਾਂ ਨੇ ਦਰਬਾਰ 'ਚੋਂ ਕੱਢ ਦਿੱਤਾ। ਉਹ ਜਾਂਦਾ ਹੋਇਆ ਕਹਿਣ ਲੱਗਿਆ ਅੱਲਾ ਤਾਲਾ, ਤੇਰੇ ਤੈਂ ਇਨਸਾਨ ਨੂੰ ਇਹ ਗੱਲ ਕਹੀ ਹੈ ਵੀ ਤੈਨੂੰ ਰੋਟੀ ਪਾਣੀ ਮੈਂ ਦੇ ਹੀ ਜਾਊਂਗਾ, ਤੂੰ ਭਜਨ ਕਰੀ।
ਅਤੇ ਮੈਂ ਤੂੰ ਜਿੰਨੀ ਰੋਟੀ ਦੇਵੇਂਗਾ ਮੈਂ ਕਿਸੇ ਤੱਕ ਨਹੀਂ ਪਹੁੰਚਣ ਦੇਣੀ, ਨਾ ਇਹਦੇ ਮਨ ਨੂੰ ਸ਼ਾਂਤੀ ਆਉਣ ਦੇਣੀ ਹੈ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਜਲੇਗਾ। ਇਸ ਕਰਕੇ ਨਾ ਤੇਰਾ ਮੈਂ ਭਜਨ ਕਰਨ ਦੇਣਾ, ਮੈਂ ਤੈਨੂੰ ਭੁਲਾਏ ਦੇਵਾਂਗਾ ਮਨੁੱਖ ਨੂੰ, ਬਈ ਤੂੰ ਵੀ ਹੈਗਾ ਕੋਈ ਚੀਜ਼। ਇਹ ਗੱਲਾਂ ਇਸਲਾਮ ਵਾਲਿਆਂ ਦੀਆਂ ਹੈ, ਬੜੀਆਂ ਕੰਮ ਦੀਆਂ। ਅਸੀਂ ਭੁੱਲੇ ਪਏ ਹਾਂ, ਸਾਡੇ ਵਾਹਿਗੁਰੂ ਨਹੀਂ ਯਾਦ ਆਉਂਦਾ। ਅਸੀਂ ਨਾਮ ਵੀ ਜਪਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸਭ ਕੁਛ ਕਰਦੇ ਹਾਂ, ਸਭ ਕੁਛ ਕਰਨ ਦੇ ਬਾਵਜੂਦ ਸਾਨੂੰ ਲੱਭਦਾ ਕਿਉਂ ਨਹੀਂ ਕੁਛ? ਉਮਰਾਂ ਲੰਘਦੀਆਂ ਤੁਰੀਆਂ ਜਾਂਦੀਆਂ ਨੇ ਭਜਨ ਕਰਦਿਆਂ ਨੂੰ, ਨਾਮ ਜਪਦਿਆਂ ਨੂੰ ਅਤੇ ਬਾਣੀ ਪੜ੍ਹਦਿਆਂ ਨੂੰ, ਸਾਨੂੰ ਤਾਂ ਕੁਛ ਹਾਸਲ ਨਹੀਂ ਹੋਇਆ। ਜੇ ਨਾਮ ਦੀ ਪ੍ਰਾਪਤੀ ਹੋ ਜਾਵੇ ਉਸੇ ਵੇਲੇ ਆਦਮੀ ਨਾ ਉਹਦੀ ਕਲਿਆਣ ਹੋ ਜਾਂਦੀ ਹੈ, ਪਰਮ ਆਨੰਦ ਵਿੱਚ ਪਹੁੰਚ ਜਾਂਦਾ। ਅਸੀਂ ਤਾਂ ਦੁਖੀ ਹੋਏ ਪਏ ਹਾਂ, ਹਰ ਵਾਰ ਸਾਦਾ ਚਿੱਤ ਜਿਹੜਾ ਭੱਠੀ ਦੇ ਦਾਣੇ ਮੰਗਣ ਪੁੱਜਦਾ ਰਹਿੰਦਾ, ਉਹ ਕਿਉਂ ਹੈ? ਉਹ ਇਸ ਕਰਕੇ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਜਾਣਿਆ ਮੈਂ ਕੌਣ। ਇਹ ਜਿਹੜਾ ਸਰੂਈ ਸਾਡੇ ਬਣਾਇਆ ਸਰੀਰ, ਸਰੀਰ ਦਾ ਨਾਂ ਰੱਖਿਆ ਮਾਂ ਬਾਪ ਨੇ, ਜਾਤਾਂ ਪਾਤਾਂ ਰੱਖੀਆਂ ਨੇ ਸਿਆਣਿਆਂ ਨੇ, ਇੱਕ ਦੂਜੇ ਨਾਲ ਨਫ਼ਰਤ ਪਈ ਹੋਈ ਹੈ, ਸਭ ਕੁਛ ਹੋਇਆ ਹੋਇਆ, ਉਹ ਇਸ ਕਰਕੇ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣਦੇ ਨਹੀਂ। ਹਾਂ, ਅਸੀਂ ਹਾਂ ਕੌਣ? ਜੇ ਸਾਨੂੰ ਇਸ ਗੱਲ ਦਾ ਪਤਾ ਲੱਗ ਜੇ ਮੈਂ ਕੌਣ ਹਾਂ, ਗੱਲ ਬਿਲਕੁਲ ਉਸੇ ਵੇਲੇ ਬਦਲ ਜਾਂਦੀ ਹੈ। ਮਹਾਰਾਜ ਕਹਿੰਦੇ ਤੂੰ ਸਰੀਰ ਨਹੀਂ ਹੈ, ਕਿਉਂ ਮੰਨਦਾ ਤੂੰ ਦੇਹੀ ਮਿੱਟੀ ਦੀ ਬਣੀ ਹੋਈ ਨੂੰ ਆਪਣਾ ਆਪ? ਤੂੰ ਤਾਂ ਜੋਤੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਆਪਣੇ ਆਪ ਨੂੰ ਦੇਖ ਤਾਂ ਸਹੀ, ਤੂੰ ਹੈ ਕੀ, ਕਿੱਥੋਂ ਆਏ, ਤਾਂ ਕਿੰਨਾ ਤੇਰਾ ਸਫ਼ਰ ਮੁੱਕ ਲੰਘ ਚੁੱਕਿਆ? ਅਸੀਂ ਕਹਿੰਦੇ ਮਹਾਰਾਜ ਸਾਨੂੰ ਦੱਸ ਦਿਓ ਕਿੰਨਾ ਸਫ਼ਰ ਲੰਘਿਆ। ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤੂੰ ਤਾਂ ਬਣਦਾ ਰਿਹਾ ਕੁੱਤੇ ਵੇਲੇ, ਹਾਥੀ, ਘੋੜੇ, ਬੈਲ ਵਗੈਰਾ, ਹੁਣ ਤੂੰ ਤੈਨੂੰ ਆ ਕੇ ਚੁਰੰਕਾਰੇ ਦੇਹ ਸੁਜਰੀਆ, ਤੈਨੂੰ ਇਹ ਦੇਹ ਮਿਲ ਗਈ ਮਨੁੱਖ ਦੀ, ਇਹ ਮਿਲੀ ਆ ਤਾਂ ਕਿ ਪਰਮੇਸ਼ਰ ਨੂੰ ਮਿਲਣਾ, ਆਪਣੇ ਦੁੱਖਾਂ ਦਾ ਖਾਤਮਾ ਕਰਨਾ। ਉਸ ਕੰਮ ਨੂੰ ਤਾਂ ਅਸੀਂ ਪੈਂਦੇ ਨਹੀਂ, ਜਾਣਦੇ ਨਹੀਂ ਹਾਂ ਬਈ ਕਿਵੇਂ ਹੈ। ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲਾਹਾ ਲੈਣ ਆਇਆ, ਘਾਟਾ ਪਾਉਣ ਨਹੀਂ ਆਇਆ। 100 ਸਾਲ ਦੀ ਉਮਰ ਵਾਲੇ ਨੂੰ 88,66,00,000 ਸਵਾਸ ਮਿਲਦੇ ਨੇ, 75 ਸਾਲ ਵਾਲੇ ਨੂੰ 66,44,00,000 ਸਵਾਸ ਮਿਲਦਾ। ਇਹਦਾ 10 ਵਜੇ ਨਾਲ ਸਵਾਸਾਂ 'ਚ ਤਾਂ ਕੀ ਕਰਿਆ, ਨੱਚਿਆ, ਟੱਪਿਆ, ਖੇਲਾਂ ਕਰੀਆਂ ਨੇ, ਮਾਇਆ ਕਮਾਈ ਆ, ਕੋਠੀਆਂ ਬਣਾਈਆਂ ਨੇ, ਬਾਲ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ। ਇਹ ਤੇਰਾ ਕਿਸੇ ਕੰਮ ਦੀ ਚੀਜ਼ ਨਹੀਂ ਹੈ, ਤੇਰੀ ਇਹ ਓਬਲੀਗੇਸ਼ਨ ਤਾਂ ਸੀਗੀਆਂ, ਲੇਕਿਨ ਆਪਣੇ ਵਾਸਤੇ ਤਾਂ ਕੁਛ ਵੀ ਨਹੀਂ ਕਰਿਆ। ਉਹ ਕਹਿੰਦੇ ਜੇ ਕਰਿਆ ਨਹੀਂ ਹੈ ਫਿਰ ਬੜਾ ਨੁਕਸਾਨ ਹੋਵੇਗਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਇਹਾਂ ਖਾਟ ਚਲੋ ਹਰ ਰਾਹਾ, ਅੱਗੇ ਬਸਣ ਸਹੇਲਾ। ਜਿੱਥੇ ਤੁਸੀਂ ਆ ਕੇ ਪਹੁੰਚ ਗਏ ਨਾ, ਇੱਥੇ ਲਾਹਾ ਖੱਟਣ ਦੀ ਗੱਲ ਕਰੋ। ਕਈ ਪ੍ਰੇਮੀ ਕਹਿੰਦੇ ਨੇ ਜੀ ਮੈਂ ਭਜਨ ਕਰਦਾ, ਮੈਂ ਜੀ ਬਾਣੀ ਪੜ੍ਹਦਾ। ਜੇ ਭਜਨ ਕਰਦਾ ਹੋਵੇ ਤਾਂ ਰੱਬ ਛੇਤੀ ਦੇ ਕੇ ਰਸਤਾ ਸਾਫ਼ ਕਰ ਦਿੰਦਾ, ਕਰਦਾ ਨਹੀਂ ਹੈ, ਕਿਉਂਕਿ ਗੁਰੂ ਮਹਾਰਾਜ ਨੇ ਸਾਡਾ ਰਸਤਾ ਜਿਹੜਾ ਨਾ ਵਿਹੰਗ ਮਾਰਗ ਦਿੱਤਾ ਸਾਨੂੰ, ਫਲ ਲੱਗਿਆ ਹੋਇਆ ਦਰਖਤ 'ਤੇ। ਕੀੜੀ ਮਾਰਗ ਜਿਹੜਾ ਸੀ ਉਹ ਪਿਛਲੇ ਯੁੱਗਾਂ 'ਚ ਸੀ, ਇਹ ਹੈਗਾ ਵਿਹੰਗ ਮਾਰਗ। ਉਡਾ ਜਾਂ ਪੰਛੀ ਨੇ ਉਡਾਰੀ ਮਾਰੀ, ਜਾ ਕੇ ਫਲ 'ਤੇ ਬਹਿ ਜੂਗਾ, ਕੀੜੀ ਨਹੀਂ ਪਹੁੰਚ ਸਕਦੀ।
ਸੋ ਉਹ ਜਿਹੜਾ ਮਾਰਗ ਹੈ ਉਹਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਹੈ ਕੀ। ਅਣਜਾਣ ਬਣੇ 'ਚ ਅਸੀਂ ਕਹੀ ਜਾਂਦੇ ਹਾਂ ਵੀ ਤੂੰ ਨਾਮ ਜਪ, ਤੂੰ ਇੰਨੀਆਂ ਵਾਲਾ ਫੇਰਿਆ ਕਰ, ਤੂੰ ਆਹ ਕਰਿਆ ਕਰ, ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰ, ਪਰ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਕਿਉਂ ਕਰਦਾ, ਕੀ ਹੁੰਦਾ ਇਹਦੇ ਨਾਲ, ਕਿਉਂਕਿ ਬੇਸਿਕ ਪੁਆਇੰਟ ਜਿਹੜਾ ਨਾ ਉਹਨੇ ਮੰਨਿਆ ਨਹੀਂ ਹੈ। ਆਪਣੇ ਆਪ ਨੂੰ ਦੇਹ ਬਣਦਾ ਸਾਡੇ ਤਿੰਨ ਹੱਥ ਦੀ, ਇਹਦੋਂ ਗਾਹਾਂ ਨਿਕਲੇ ਨਹੀਂ ਸਕਦਾ। ਪਾਠ ਵੀ ਕਰੀ ਜਾਵੇ, ਭਜਨ ਵੀ ਕਰੀ ਜਾਵੇ, ਨਹੀਂ ਟੁੱਟਦਾ, ਇਹ ਅਧਿਆਸ ਹੋ ਗਿਆ, ਪੱਕਾ ਹੋ ਗਿਆ, ਉਹ ਇਸ ਤਰ੍ਹਾਂ ਹੀ ਲੱਗਦਾ। ਕਿਉਂਕਿ ਅਧਿਆਸ ਹੋ ਜਾਂਦਾ ਵਾਰ 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 ਵਾਰ, ਜੇ ਕੋਈ ਚੀਜ਼ ਕਰਦਾ ਨਾ ਉਹਨੂੰ ਉਹੀ ਹੋ ਜਾਂਦਾ। ਜਿਵੇਂ ਗੋਬਲਸ ਕਹਿੰਦਾ ਜਰਮਨੀ ਵਾਲਾ ਕਿ ਇੱਕ ਝੂਠ ਨੂੰ 100 ਵਾਰੀ ਬੋਲ ਦਿਉ ਸੱਚਾ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਸਾਨੂੰ ਅਧਿਆਸ ਹੋ ਗਿਆ ਨਾ ਵੀ ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਮੈਂ ਫਲਾਣੇ ਦਾ ਫਾਦਰ ਹਾਂ, ਮੈਂ ਫਲਾਣੇ ਦਾ ਬੇਟਾ, ਇਹ ਗੱਲ ਮਨੁੱਖ ਦੇ ਮਨ 'ਚੋਂ ਨਿਕਲੇ ਨਹੀਂ ਸਕਦੀ। ਨਿਕਲ ਨਹੀਂ ਸਕਦੀ ਤਾਂ ਉਹ ਜਾਲ 'ਚ ਫਸਿਆ ਹੋਇਆ। ਸੋ ਇਹ ਮਾਇਆ ਨੇ ਭੁਲਾ ਦਿੱਤਾ ਮਨੁੱਖ, ਅਤੇ ਭੁੱਲਿਆ ਹੋਇਆ। ਮਹਾਰਾਜ ਨੇ ਕਿਹਾ ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਪਾਉ ਦੂਜਾ ਲਾਇਆ। ਮਾਇਆ ਦੇ ਜਿਹੜੀ ਹੈ ਨਾ ਇਹਦੇ ਅਰਥ ਉਹ ਇਹ ਨੇ ਵੀ ਜਿਹਦੇ ਕਰਕੇ ਪਰਮੇਸ਼ੁਰ ਵਿਸਰ ਜਾਂਦਾ, ਮੋਹ ਲੱਗ ਜਾਂਦਾ ਉਹਨਾਂ ਚੀਜ਼ਾਂ ਨਾਲ ਜਿਹੜੀਆਂ ਨਾਸ਼ਵਾਨ ਨੇ, ਅਤੇ ਪਰਮੇਸ਼ੁਰ ਭੁੱਲ ਕੇ ਆਪਣਾ ਜਨਮ ਕੋ ਬਰਬਾਦ ਕਰਕੇ ਚਲਿਆ ਜਾਂਦਾ ਇੱਥੋਂ। ਹੁਣ ਮੈਂ ਜਿਹੜੀ ਬੇਨਤੀ ਕਰੀ ਹੈ ਇਹ ਕੁਰਬਾਨੀ ਦੇ ਆਧਾਰ 'ਤੇ ਮੈਂ ਬੋਲ ਰਿਹਾ, ਆਪਣੇ ਵੱਲੋਂ ਮੈਂ ਕੁਛ ਨਹੀਂ ਕਹਿ ਰਿਹਾ। ਹੁਣ ਇਹ ਸਵਾਲ ਦਾ ਜੇ ਕਿਸੇ ਦੇ ਮਨ 'ਚ ਹੋਵੇ ਵੀ ਮੈਂ ਬਚਾਂ ਫਿਰ ਕਿਵੇਂ, ਕਿਵੇਂ ਮੈਂ ਆਪਣੇ ਇਹ ਗੱਲ ਕਰਾਂ, ਮੈਨੂੰ ਕਿਵੇਂ ਪਤਾ ਲੱਗੇ ਮੈਂ ਕੌਣ ਹਾਂ। ਜਿੰਨਾ ਚਿਰ ਮੈਂ ਕੌਣ ਦਾ ਨਹੀਂ ਪਤਾ ਲੱਗਦਾ ਪਰਮੇਸ਼ੁਰ ਦਾ ਮਿਲਾਪ ਹੀ ਨਹੀਂ ਹੋ ਸਕਦਾ ਕਦੇ ਵੀ। ਸੋ ਉਹਦੇ ਬਾਰੇ ਮਹਾਰਾਜ ਕਹਿੰਦੇ ਆ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਣ ਸਹੇਲਾ। ਇਹ ਬਹੁਤ ਤਰੀਕਿਆਂ ਦੇ ਨਾਲ ਗੱਲ ਸਮਝਾਉਣ ਵਾਸਤੇ ਬਹੁਤ ਤਰੀਕਿਆਂ ਨਾਲ ਗੱਲ ਕਹੀ ਗਈ ਹੈ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤ ਖੁਫਕੜੇ ਸਭ ਉਗਦੀ ਚੱਲੀ ਰਹਿ। ਆਇਆ ਤਾਂ ਤੂੰ ਲਾਹਾ ਲੈਣ ਸੀ, ਤੇਰੀ ਤਾਂ ਉਮਰ ਲੰਘਦੀ ਜਾ ਰਹੀ ਹੈ। ਇਹ ਜਿਹੜੇ ਤੱਤ ਵਚਨ ਨੇ ਗੁਰੂ ਮਹਾਰਾਜ ਦੇ, ਇਹ ਅਸੀਂ ਸੁਣ ਕੇ ਰਾਜ਼ੀ ਨਹੀਂ ਹਾਂ, ਕਿਉਂਕਿ ਸਾਨੂੰ ਇਹ ਮੋਹ ਨਾਲੋਂ ਤੋੜਦੇ ਨੇ, ਮਾਇਆ ਨਾਲੋਂ ਤੋੜਦੇ ਨੇ। ਅਸੀਂ ਮਾਇਆ ਦੇ ਵਿੱਚ ਫਸੇ ਹੋਏ ਹਾਂ, ਫਸੇ ਹੋਣ ਕਰਕੇ ਅਸੀਂ ਇਹੋ ਜਿਹੀ ਗੱਲ ਨਹੀਂ ਸੁਣਨਾ ਪਸੰਦ ਕਰਦੇ ਜਿਹੜੀ ਸਾਨੂੰ ਮਾਇਆ ਦੇ ਵਿੱਚੋਂ ਕੱਢੇ। ਇੱਕ ਵਾਰੀ ਇੱਕ ਰਾਜੇ ਦੇ ਕੋਲ ਇੱਕ ਜਾਦੂਗਰ ਆਇਆ। ਉਹ ਜਾਦੂਗਰ ਨੇ ਕਿਹਾ ਕਿ ਮਹਾਰਾਜ ਮੈਂ ਜਾਦੂ ਦੇ ਬਹੁਤ ਖੇਲ ਜਾਣਦਾ, ਹੁਕਮ ਹੋਵੇ ਤਾਂ ਮੈਂ ਦਿਖਾਵਾਂ। ਰਾਜਾ ਕਹਿਣ ਲੱਗਿਆ ਵੀ ਹਾਂ ਮਦਾਰੀ ਐਸੇ ਦਿਖਾ ਜਿਹੜਾ ਐਂਟਰਟੇਨਮੈਂਟ ਵੀ ਹੋਵੇ ਅਤੇ ਉਹਦੇ ਵਿੱਚੋਂ ਕੋਈ ਸਬਕ ਵੀ ਲੈਸਨ ਵੀ ਸਾਨੂੰ ਮਿਲਦਾ ਹੋਵੇ। ਉਹ ਕਹਿੰਦਾ ਅੱਛਾ ਮਹਾਰਾਜ। ਜਦੋਂ ਸਭਾ ਬੁਲਾ ਲਈ, ਸਾਰੇ ਆ ਕੇ ਬਹਿ ਗਏ ਕੁਰਸੀਆਂ 'ਤੇ, ਗੋਲ ਘੇਰਾ ਕੱਤ ਲਿਆ ਅਤੇ ਮਦਾਰੀ ਵਿੱਚ ਖੜ੍ਹਾ। ਉਹ ਕਹਿਣ ਲੱਗਿਆ ਵੀ ਮਹਾਰਾਜ, ਰਾਜਾ ਕਹਿਣ ਲੱਗਿਆ ਮਦਾਰੀ ਤੂੰ ਦਿਖਾਉਂਦਾ ਕਿਉਂ ਨਹੀਂ। ਕਹਿੰਦਾ ਮਹਾਰਾਜ ਮੈਂ ਜਾਣਾ ਦੇਵਤਿਆਂ ਨਾਲ ਯੁੱਧ ਕਰਨ, ਉਹ ਬਹੁਤ ਸ਼ਕਤੀਸ਼ਾਲੀ ਨੇ ਫਰਿਸ਼ਤੇ ਜਿਹੜੇ ਨੇ, ਅਤੇ ਮੇਰੇ ਘਰ ਵਾਲੀ ਮੇਰੇ ਨਾਲ ਹੈ, ਮੈਂ ਇਹ ਜੇ ਮੈਨੂੰ ਕੁਛ ਹੋ ਗਿਆ ਇਹਨੂੰ ਕੌਣ ਨਹੀਂ, ਕੋਈ ਸਾਂਭਣ ਵਾਲਾ ਨਹੀਂ ਹੈ। ਮੈਂ ਕਹਿ ਤਾਂ ਦਿੱਤਾ ਤੁਹਾਨੂੰ ਵੀ ਇਹ ਜਿਹਾ ਖੇਲ ਦਿਖਾਊ। ਉਹ ਕਹਿਣ ਲੱਗਿਆ ਮਦਾਰੀ ਤੂੰ ਫਿਕਰ ਨਾ ਕਰ, ਇਹ ਜਿਹੀ ਜੀ ਮੇਰੀ ਲੜਕੀ ਹੈ, ਉਹ ਜਿਹੀ ਇਹ ਲੜਕੀ ਹੈ, ਔਰ ਰਾਜਕੁਮਾਰੀ ਬੈਠੀ ਹੈ ਉਹਦੇ ਉਹਨੂੰ ਸੰਭਾਲ 'ਤੇ। ਕਹਿੰਦਾ ਠੀਕ ਹੈ ਜੀ, ਫਿਰ ਮੈਂ ਖੇਲ ਦਿਖਾ ਦੂੰ, ਐਸਾ ਨਾ ਹੋਵੇ ਕਿ ਮੇਰੀ ਜਿਹੜੀ ਵਾਈਫ ਹੈ ਬਹੁਤ ਸੁੰਦਰ ਹੈ
ਅਤੇ ਕਿਤੇ ਤੁਸੀਂ ਇਹਨੂੰ ਮਹਿਲਾਂ 'ਚ ਪਾ ਲਓ। ਕਹਿੰਦੇ ਨਹੀਂ ਨਹੀਂ ਜਦੋਂ ਲੜਕੀ ਕਹਿਤਾ ਇਹ ਗੱਲ ਹੀ ਨਹੀਂ ਹੋਣੀ। ਅਖੀਰ ਉਹਨੇ ਇੱਕ ਗੋਲਾ ਕੱਢਿਆ ਉਸਮਾਨ ਵੱਲ ਨੂੰ ਸਿੱਟਦਾ, ਉਹ ਖਿੱਚਿਆ ਫਿਰ ਤਾਗ ਜਿਹੜਾ ਧਾਗਾ ਸੀ, ਅਤੇ ਜਦ ਦੇਖਿਆ ਵੀ ਇਹ ਬਹੁਤ ਚੱਕ ਲੈਂਦਾ, ਉਹ ਇੱਕਦਮ ਚੜ੍ਹਦਾ ਨਜ਼ਰ ਆਇਆ ਸਾਰੇ ਅਸਮਾਨਾਂ 'ਚ ਰਹਿ ਗਿਆ। ਉੱਥੇ ਜਾ ਕੇ ਉਹਨੇ ਆਵਾਜ਼ ਦਿੱਤੀ ਕਿ ਮਹਾਰਾਜ ਮੈਂ ਸਵਰਗ ਲੋਕ 'ਚ ਪਹੁੰਚ ਗਿਆ ਅਤੇ ਮੇਰੀ ਦੇਵਤਿਆਂ ਨਾਲ ਯੁੱਧ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਮੈਂ ਵਰਨ ਦੇਵਤੇ ਨਾਲ ਯੁੱਧ ਕਰ ਰਿਹਾ। ਠੱਕ ਠੱਕ ਦੀ ਆਵਾਜ਼ ਆਉਣ ਲੱਗ ਗਈ, ਸਾਰਿਆਂ ਦੇ ਦਿਲ ਧੜਕਣ ਲੱਗ ਗਏ, ਲੈ ਵੀ ਦੇਵਤਿਆਂ 'ਚ ਰਹਿ ਗਿਆ, ਕਿਉਂ ਨਹੀਂ ਬਚੂ, ਕਿਉਂ ਨਹੀਂ ਮਰੂ। ਉਹਨੇ ਅਨਾਊਂਸ ਕੀਤਾ ਕਿ ਮਹਾਰਾਜ ਵਰਨ ਦੇਵਤਾ ਮੈਂ ਮਾਰ ਲਿਆ, ਤੁਹਾਡੇ ਦਰਸ਼ਨਾਂ ਵਾਸਤੇ ਮੈਂ ਥੱਲੇ ਸਿੱਟ ਰਿਹਾ। ਉਹ ਧੜ ਵੀ ਆ ਗਿਆ, ਉਹਦੀ ਗਰਦਨ ਵੀ ਆ ਗਈ, ਚਿਹਰਾ ਵੀ ਆ ਗਿਆ, ਅਤੇ ਉਹਦੇ ਮੂੰਹ 'ਚੋਂ ਪਾਣੀ ਉਹ ਪਾਣੀ ਨਿਕਲਣਾ ਸ਼ੁਰੂ ਹੋਇਆ ਜਿਵੇਂ ਟਿਊਬਵੈੱਲ ਚੱਲ ਗਿਆ ਹੁੰਦਾ। ਕਹਿਣ ਲੱਗੇ ਵੀ ਬੜਾ ਦੇਖੋ ਇਹ ਜਾਦੂਗਰ ਕਿੰਨਾ ਤਕੜਾ ਹੈ, ਕਿ ਇਹਨੇ ਦੇਵਤਾ ਮਾਰ ਕੇ ਸਿੱਟਤਾ ਸੀ, ਕਦ ਦੇਖਣੇ ਸੀ ਦੇਵਤੇ। ਇਹਨੇ ਨੂੰ ਆਵਾਜ਼ ਆਈ ਕਿ ਮੈਂ ਅਗਨ ਦੇਵਤਾ ਨਾਲ ਯੁੱਧ ਸ਼ੁਰੂ ਕਰ ਲਿਆ। ਥੋੜ੍ਹੀ ਦੇਰ ਦੇ ਬਾਅਦ ਉਹ ਵੀ ਕੱਟ ਕੇ ਸਿੱਟਤਾ, ਉੱਤੋਂ ਅੱਗ ਜਲਦੀ ਤੁਰੀ ਜਾ ਰਹੀ ਹੈ। ਇਸ ਤਰ੍ਹਾਂ ਵਾਰ ਵਾਰ ਕਹਿ ਰਿਹਾ। ਫਿਰ ਅਖੀਰ 'ਤੇ ਕਹਿਣ ਲੱਗਿਆ ਕਿ ਮੈਂ ਹੁਣ ਇੰਦਰ ਨਾਲ ਯੁੱਧ ਕਰਨ ਲੱਗਿਆ, ਇਹਦੇ ਕੋਲ ਬੱਜਰ ਹੈ, ਇਹ ਜੇ ਮੈਂ ਜਿੱਤ ਗਿਆ ਤੁਹਾਨੂੰ ਇਹਦੇ ਵੀ ਦਰਸ਼ਨ ਕਰਾਵਾਂਗਾ। ਉਹ ਇੰਦਰ ਨੇ ਇਹਦੀ ਬਾਂਹ ਕੱਟਤੀ, ਆਵਾਜ਼ ਦਿੱਤੀ ਕਿ ਮਹਾਰਾਜ ਮੇਰੀ ਬਾਂਹ ਕੱਟੀ ਗਈ, ਮੈਂ ਇੱਕ ਬਾਂਹ ਨਾਲ ਲੜ ਰਿਹਾ। ਬਾਂਹ ਤੁਰੀ ਆਉਂਦੀ ਆ ਹੇਠਾਂ ਆ ਕੇ ਗਿਰ ਗਈ। ਇਹਨੇ ਨੂੰ ਕਹਿਣ ਲੱਗਿਆ ਮੇਰੀ ਲੱਤ ਕੱਟ ਗਈ, ਇੱਕ ਲੱਤ ਦੇ ਭਾਰ ਮੈਂ ਲੜ ਰਿਹਾ, ਇੱਕ ਬਾਂਹ ਨਾਲ ਲੜ ਰਿਹਾ। ਸਾਰਿਆਂ ਦੇ ਮਨਾਂ 'ਚ ਹੋਇਆ ਵੀ ਐਡਾ ਬਹਾਦਰ, ਇੰਨਾ ਤਾਂ ਕੋਈ ਸੰਸਾਰ 'ਤੇ ਹੈ ਹੀ ਨਹੀਂ ਬਹਾਦਰ। ਇਹਨਾਂ ਨੂੰ ਦੂਸਰੀ ਲੱਤ ਵੀ ਆ ਗਈ। ਅਖੀਰ ਉਹਨੇ ਆਵਾਜ਼ ਦਿੱਤੀ ਕਿ ਮਹਾਰਾਜ ਮੇਰੇ ਬਾਹਰ ਹੋ ਗਿਆ, ਮੇਰਾ ਸਿਰ ਲੈ ਗਿਆ। ਇਹਨਾਂ ਦੇਖਦੇ ਹੀ ਧੜ ਵੀ ਆ ਰਿਹਾ, ਸਿਰ ਵੀ ਆ ਰਿਹਾ। ਉਹਦੇ ਘਰ ਵਾਲੀ ਜਿਹੜੀ ਰਾਜਕੁਮਾਰੀ ਕੋਲ ਬੈਠੀ ਸੀ ਰੋਣ ਲੱਗ ਗਈ, ਬਈ ਤੁਸੀਂ ਚੰਗਾ ਖੇਲ ਕਰਿਆ, ਮੈਨੂੰ ਤਾਂ ਵਿਧਵਾ ਕਰਤਾ, ਅਤੇ ਇਹ ਕਿੰਨਾ ਤੁਸੀਂ ਮਾੜਾ ਕੰਮ ਕਰਿਆ, ਮੈਂ ਹੁਣ ਕੀ ਕਰੂੰਗੀ, ਕਿੱਥੇ ਜਾਊਂਗੀ, ਮੇਰਾ ਤਾਂ ਰੁਜ਼ਗਾਰ ਕੋਈ ਨਹੀਂ ਹੈ। ਤਮਾਸ਼ੇ ਦਿਖਾਉਂਦਾ ਸੀਗਾ ਇਹ ਜਾਦੂ ਦੇ ਖੇਲ, ਉਹ ਤੋਂ ਬਾਅਦ ਸਾਨੂੰ ਥੋੜ੍ਹੇ ਬਹੁਤੇ ਪੈਸੇ ਮਿਲਦੇ ਸੀ, ਅਸੀਂ ਆਪਣਾ ਗੁਜ਼ਾਰਾ ਕਰਦੇ ਸੀ। ਰਾਜਾ ਉਹਨੂੰ ਕਹਿੰਦਾ ਵੀ ਪੁੱਤਰੀ ਤੂੰ ਫਿਕਰ ਨਾ ਕਰ। ਕਹਿੰਦੀ ਮੈਂ ਕਿਉਂ ਨਾ ਕਰਾਂ। ਉਹਦੇ ਬਾਅਦ ਉਹਨੇ ਆਪ ਉਹਦਾ ਸਰੀਰ ਚੁੱਕ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੀ ਲੱਕੜੀਆਂ ਲਿਆ ਦਿਓ ਮੈਨੂੰ। ਲੱਕੜੀਆਂ ਦੋ ਚਿਖਾਂ ਬਣਾ ਲਈਆਂ, ਇੱਕ ਦੇ ਉੱਤੇ ਦੇਵਤੇ ਰੱਖ ਦਿੱਤੇ ਮਰੇ ਹੋਏ, ਇੱਕ ਦੇ ਉੱਤੇ ਇਹ ਸਤੀ ਘਰ ਹੋਣ ਵਾਸਤੇ ਆਪਣੇ ਪਤੀ ਦਾ ਸਰੀਰ ਜੋੜ ਕੇ ਰੱਖ ਲਿਆ। ਉਹ ਜਦੋਂ ਅੱਗ ਲੱਗ ਗਈ ਅਤੇ ਸਰੀਰ ਜਲ ਗਏ, ਉਸ ਵੇਲੇ ਉਹ ਜਾਦੂਗਰ ਆ ਗਿਆ, ਕਹਿੰਦਾ ਮਹਾਰਾਜ ਕੀ ਜੈ ਹੋ। ਹੈਰਾਨ ਹੋ ਗਏ ਸਾਰੇ ਵੀ ਹੈ ਇਹ ਤਾਂ ਜਲ ਗਿਆ ਸੀ, ਇਹ ਕਿੱਥੋਂ ਆ ਗਿਆ, ਵੀ ਇਹਦੇ ਘਰ ਵਾਲੀ ਨਾਲ ਜਲ ਗਈ ਬੈਠ ਕੇ, ਹੁਣ ਅਸੀਂ ਕੀ ਜਵਾਬ ਦੇਵਾਂਗੇ। ਕਹਿਣ ਲੱਗੇ ਤੂੰ ਤਾਂ ਜਾ ਮਰ ਗਿਆ ਸੀ। ਕਹਿੰਦਾ ਜੀ ਮਹਾਰਾਜ ਮਰਿਆ ਹੋਇਆ ਵੀ ਕਦੇ ਆਉਂਦਾ ਕੋਈ, ਮੈਂ ਤਾਂ ਤੁਹਾਡੇ ਸਾਹਮਣੇ ਸਬਰ ਤੱਕ ਖੜ੍ਹਾ, ਮੇਰੇ ਘਰ ਵਾਲੀ ਕਿੱਥੇ ਹੈ। ਰਾਜਾ ਬੜਾ ਨੀਵੀਂ ਪਾਈ ਬੈਠਾ, ਕਹਿਣ ਲੱਗਿਆ ਜਾਦੂਗਰ ਉਹ ਤਾਂ ਸਤੀ ਹੋ ਗਈ ਤੇਰੇ ਨਾਲ। ਕਹਿਣ ਲੱਗਿਆ ਹੈਰਾਨੀ ਦੀ ਗੱਲ ਹੈ, ਮੈਂ ਇੱਥੇ ਹਾਂ ਅਤੇ ਸਤੀ ਕਿਹਦੇ ਨਾਲ ਹੋ ਗਈ, ਸਭ ਝੂਠ ਬੋਲਦੇ ਹੋ ਤੁਸੀਂ। ਕਹਿਣ ਲੱਗਿਆ ਮੈਂ ਦੱਸਦਾ, ਤੈਂ ਨਾ ਸੱਤ ਚਿੰਦਿਆਂ ਦੇ ਅੰਦਰ ਉਹਨੂੰ ਕੈਦ ਕਰਿਆ ਹੋਇਆ ਕਿਲੇ 'ਚ ਆਪਣੇ। ਆਵਾਜ਼ ਦਿੱਤੀ ਉੱਚੀ, ਉਹਨੇ ਜਵਾਬ ਦਿੱਤਾ, ਕਹਿਣ ਲੱਗੀ ਮੈਨੂੰ ਰਾਜੇ ਨੇ ਕੈਦ ਕਰਤਾ। ਰਾਜਾ ਬਹੁਤ ਸ਼ਰਮਿੰਦਾ ਹੋਇਆ, ਸਮਝ ਨਾ ਸਕਿਆ ਕੁਛ ਵੀ।
ਅਖੀਰ ਜਦ ਦੇਖਿਆ ਵੀ ਸਾਰੇ ਸ਼ਰਮਿੰਦੇ ਹੋ ਗਏ ਤਾਂ ਉਹ ਜਾਦੂਗਰ ਕਹਿਣ ਲੱਗਿਆ, ਮਹਾਰਾਜ ਆਪ ਜੇ ਇਨਾਮ ਦੀਜੀਏ। ਕਹਿਣ ਲੱਗੇ ਕੀ ਗੱਲ? ਕਹਿਣ ਲੱਗਾ ਤੁਸੀਂ ਅਫਸੋਸ 'ਚ ਨਾ ਆਓ, ਮੈਂ ਨਾ ਕਿਤੇ ਗਿਆ, ਨਾ ਮੈਂ ਕੋਈ ਦੇਵਤੇ ਮਾਰੇ ਨੇ, ਨਾ ਮੇਰੀ ਕੋਈ ਘਰ ਵਾਲੀ ਸੀਗੀ, ਮੈਂ ਤਾਂ ਤੁਹਾਨੂੰ ਇੱਕ ਖੇਲ ਦਿਖਾਇਆ ਜਾਦੂਗਰ ਦਾ, ਅਤੇ ਹੈ ਕੁਛ ਵੀ ਨਹੀਂ, ਮੈਂ ਸਭ ਕੁਛ ਕਰਕੇ ਦਿਖਾਤਾ। ਕਹਿਣ ਲੱਗੇ ਇਸੇ ਤਰ੍ਹਾਂ ਨਾਲ ਜਿਹੜਾ ਤੁਸੀਂ ਕਿਹਾ ਸੀ ਮੈਨੂੰ ਸਿੱਖਿਆ ਵੀ ਆਵੇ ਇਸ ਖੇਲ ਤੇਰੇ ਜਾਦੂ ਦੇ ਖੇਲ 'ਚੋਂ, ਉਹ ਸਿੱਖਿਆ ਇਹ ਹੈ ਕਿ ਮੈਂ ਇੱਕ ਨਿੱਕਾ ਜਿਹਾ ਵਦਾਰੀ ਹਾਂ ਜਿਹੜਾ ਵਾਹਿਗੁਰੂ ਆ ਕਰੋੜਾਂ ਬ੍ਰਹਮੰਡਾਂ ਨੂੰ ਇੱਕ ਅੱਖ ਦੇ ਝੌਂਕੇ 'ਚ ਬਣਾ ਦਿੰਦਾ, ਇੱਕ ਅੱਖ ਦੇ ਝੌਂਕੇ 'ਚ ਖਤਮ ਕਰ ਦਿੰਦਾ, ਅਤੇ ਮੇਰੀ ਮਾਇਆ ਜਿਹੜੀ ਸੀ ਤੁਸੀਂ ਸਾਰੇ ਇਹਦੇ ਵਿੱਚ ਆ ਕੇ ਜਿੰਨੇ ਬੈਠੇ ਹੋ, ਤੇਰੇ ਵਜ਼ੀਰ ਅਮੀਰ ਸਾਰਾ ਦਰਬਾਰ, ਅਤੇ ਵਾਹਿਗੁਰੂ ਦੀ ਮਾਇਆ ਕਿੰਨੀ ਪ੍ਰਬਲ ਹੋਏਗੀ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਮੈਂ ਬੇਨਤੀ ਕਰਦਾ ਉਹ ਇਹ ਹੈ ਕਿ ਅਸੀਂ ਇਲਿਊਜ਼ਨ ਵਿੱਚ ਆ ਗਏ, ਸਾਨੂੰ ਹੁਣ ਜਗਾਉਣ ਵਾਲਾ ਨਹੀਂ ਹੈ ਕੋਈ। ਜਗਾਉਣ ਵਾਲਾ ਕਿਉਂ ਨਹੀਂ ਜਾਗਦੇ, ਹਾਕ 'ਤੇ ਕਿਉਂ ਨਹੀਂ ਜਾਗਦੇ? ਉਹਦਾ ਵਿਸ਼ਵਾਸ ਨਹੀਂ ਹੈ, ਨਾ ਗੁਰੂ 'ਤੇ ਵਿਸ਼ਵਾਸ ਹੈ, ਨਾ ਕਿਸੇ ਮਹਾਤਮਾ 'ਤੇ ਵਿਸ਼ਵਾਸ ਹੈ। ਮਹਾਤਮਾ ਕੋ ਉਹ ਭੁੱਲ ਜਾਣਗੇ, ਕਿਉਂਕਿ ਹੈ ਨਹੀਂ ਛੁੱਟਣ ਦੀ, ਫਾਸਣ ਕੀ ਵਿੱਚ ਸਭ ਕੁਛ ਜਾਣੇ, ਛੁੱਟਣ ਕੀ ਕੋਈ। ਛੁੱਟਣ ਵਾਸਤੇ ਇੱਕ ਅੱਧਾ ਬੰਦਾ ਜਿਹੜਾ ਕਹਿੰਦਾ ਮੈਂ ਛੁੱਟ ਜਾਵਾਂ, ਫਸਣ ਵਾਸਤੇ ਸਾਰੇ ਤਿਆਰ ਨੇ। ਸੋ ਮਹਾਰਾਜ ਕਹਿੰਦੇ ਵੀ ਦੇਖ ਪਿਆਰਿਆ, ਬੜੀ ਮੁਸ਼ਕਲ ਨਾਲ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਤੂੰ ਆਪਣੇ ਆਪ ਨੂੰ ਪਛਾਣ, ਤੂੰ ਕੌਣ ਹੈ? ਪਛਾਣ ਕੀ ਕਰਨੀ ਹੈ? ਕਥਾ ਵੀ ਹੋਈ ਜਾਂਦੀ ਹੈ, ਪਖੰਡ ਪਾਠ ਵੀ ਹੋਈ ਜਾਂਦੇ ਆ, ਕੀਰਤਨ ਵੀ ਹੋਈ ਜਾਂਦੇ ਆ, ਅਸੀਂ ਝੂਮੀ ਵੀ ਜਾਂਦੇ ਹਾਂ, ਰਸ ਵੀ ਆਉਂਦਾ, ਪਰ ਉੱਥੇ ਹੀ ਫਸੇ ਪਏ ਹਾਂ, ਮਾਇਆ ਤੋਂ ਨਿਕਲ ਨਹੀਂ ਸਕਦੇ। ਮਾਇਆ ਲਿਊਜ਼ਨ ਨੂੰ ਕਹਿੰਦੇ ਨੇ, ਭੁੱਲਣ ਨੂੰ, ਇਗਨੋਰੈਂਸ ਨੂੰ। ਅਸੀਂ ਆਪਣੇ ਆਪ ਨੂੰ ਭੁੱਲੇ ਬੈਠੇ ਹਾਂ। ਸਾਡੇ ਤਿੰਨ ਹੱਥ ਦੀ ਜਿਹੜੀ ਬਾਡੀ ਹੈ ਇਹਨੂੰ ਕਹਿੰਦੇ ਮੈਂ ਫਲਾਣਾ ਸਿੰਘ ਹਾਂ। ਇਹ ਤਾਂ ਪੰਜ ਤੱਤਾਂ ਗੁੰਨੇ ਹੋਏ ਨੇ ਤਰੀਕੇ ਨਾਲ, ਪੰਜਾਂ ਤੱਤਾਂ ਨਾਲ ਦੀ ਆ ਬਾਡੀ ਬਣਦੀ ਹੈ, ਅਤੇ ਪੰਜਾਂ ਤੱਤਾਂ ਦੀ ਮਿਸ਼ਰਨ ਨਾਲ, 25 ਪ੍ਰਕਿਰਤੀਆਂ ਨਾਲ, ਅੱਖਾਂ, ਕੰਨ, ਨੱਕ, ਜੀਭ, ਇਹ ਚੀਜ਼ਾਂ ਬਣਦੀਆਂ। ਇਹਦੇ ਅੰਦਰ ਫਿਰ ਪੰਜ ਪ੍ਰਾਣ ਨੇ, ਪ੍ਰਾਣ, ਅਪਾਨ, ਉਦਾਨ, ਮਿਆਨ, ਸਮਾਨ। ਉਹ ਮਸ਼ੀਨ ਦੇ ਵਿੱਚ ਬਿਟਲ ਫੋਰਸਿਸ ਨੇ। ਸਾਢੇ 3 ਕਰੋੜ ਇਹਦੇ 'ਚ ਗਲੀਆਂ ਨੇ ਇਹ ਬਾਡੀ 'ਚ, 14 ਖਰਬ ਇਹਦੇ ਵਿੱਚ ਲੱਗੇ ਹੋਏ ਨੇ ਸੈੱਲ ਜਿਹਦੇ ਨਾਲ ਇਹ ਬਾਡੀ ਚਿਣੀ ਗਈ ਹੈ। ਫਿਰ ਇਹਦੇ 'ਚ ਮਨ ਹੈ, ਬੁੱਧੀ ਹੈ, ਚਿੱਤ ਹੈ। ਹੁਣ ਇਹਨਾਂ ਸਾਰੇ 'ਚੋਂ ਦੱਸ ਤੂੰ ਕੌਣ ਹੈ? ਉਹ ਕਿਤੇ ਵੀ ਨਹੀਂ ਠਹਿਰਦਾ, ਮੈਂ ਪ੍ਰਾਣ ਹਾਂ ਜੀ, ਮੈਂ ਕਹਿੰਦੇ ਜੀ ਮੇਰੇ ਪ੍ਰਾਣ ਨਿਕਲ ਜਾਣਗੇ, ਫਲਾਣੇ ਦੇ ਪ੍ਰਾਣ ਨਿਕਲ ਗਏ, ਉਹ ਪ੍ਰਾਣ ਵੀ ਅਸੀਂ ਨਹੀਂ ਹੈਗੇ। ਫਿਰ ਮਨ ਹੋਵਾਂ, ਅਸੀਂ ਕਹਿੰਦੇ ਮੇਰਾ ਮਨ ਨਹੀਂ ਲੱਗਦਾ, ਮੇਰੇ ਰੋਜ਼ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ ਜੀ, ਮਨ ਨਹੀਂ ਟਿਕਦਾ ਬਾਣੀ 'ਚ। ਜੇ ਅਸੀਂ ਮਨ ਹੋਈਏ ਤਾਂ ਇਹ ਕਹੀਏ ਮੈਂ ਨਹੀਂ ਟਿਕਦਾ ਬਾਣੀ 'ਚ, ਇਹ ਕਹਿੰਦਾ ਜੀ ਮੇਰੀ ਬੁੱਧੀ ਵਿੱਚ ਆ ਨਹੀਂ ਰਹੀ ਇਹ ਗੱਲ। ਫਲਾਣੀ ਦੀ ਬੁੱਧੀ ਬੜੀ ਤੀਖਣ ਹੈ, ਉਹ ਫਟਾਫਟ ਗੱਲ ਸਮਝ ਲੈਂਦਾ, ਬੁੱਧੀ ਮੈਂ ਨਹੀਂ ਹਾਂ, ਬੁੱਧੀ ਮੇਰੀ ਆ। ਇਹ ਤਾਂ ਅੱਗੇ ਚਿੱਤ ਹੁੰਦਾ, ਫੀਲਿੰਗ ਹੈ ਜਿਹੜੀ ਇਹਦੇ ਅੰਦਰ। ਉਹ ਕਹਿੰਦਾ ਮੇਰਾ ਚਿੱਤ ਨਹੀਂ ਲੱਗ ਰਿਹਾ, ਅੱਜ ਮੇਰਾ ਚਿੱਤ ਬੜਾ ਪ੍ਰਸੰਨ ਹੈ। ਹੁਣ ਫਿਰ ਤੂੰ ਕੀ ਹੋਇਆ? ਆਹੀ ਗੱਲ ਸਮਝਾਉਣੀ ਆ ਗੁਰੂ ਗ੍ਰੰਥ ਸਾਹਿਬ ਨੇ। ਜੇ ਤਾਂ ਅਸੀਂ ਆਉਣੇ ਹਾਂ ਤਿਆਰ ਹੋ ਕੇ ਵੀ ਮੈਂ ਸਮਝਣਾ ਵੀ ਮੈਂ ਕੀ ਹਾਂ, ਤਾਂ ਸਾਨੂੰ ਹੌਲੀ 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 ਸਮਝ ਆਉਣਾ ਸ਼ੁਰੂ ਹੋ ਜਾਏਗਾ। ਇਸੇ ਨੂੰ ਲਾਹ ਕੱਟਣਾ ਕਹਿੰਦੇ ਨੇ ਮਹਾਰਾਜ, ਇਹਾਂ ਖਾਟ ਚਲੋ ਹਰ ਲਾਹ। ਇਹ ਮਿਲਦੀ ਕਿੱਥੋਂ ਆ ਚੀਜ਼? ਜਿਸ ਵੱਖਰ ਕੋਲ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ।
ਉਹ ਰਾਮ ਦਾ ਨਾਮ ਹੈ ਸੰਤਾਂ ਕੋਲ ਜਿਹੜਾ, ਉਹ ਨਾਮ ਹੈ ਜਿਹੜੇ ਜਿਹਨੇ ਸਾਰੀ ਸ੍ਰਿਸ਼ਟੀ ਧਾਰਨ ਕਰੀ ਹੋਈ ਹੈ। ਤਾਜੇ ਮਨ ਲਿਓ ਮਨ ਮੋਲ, ਇਹ ਜਿਹੜੀ ਤਰ੍ਹਾਂ ਮੈਂ ਭਾਵ ਹੈ ਨਾ ਆਈ ਐਮ, ਇਹ ਸੰਤਾਂ ਨੂੰ ਦੇ ਦੇ, ਫਿਰ ਇਹ ਮੁੱਲ ਮਿਲ ਜਾਏਗਾ। ਰਾਮ ਨਾਮ ਹਿਰਦੇ ਮੈਂ ਤੋਲ, ਪਰਮੇਸ਼ੁਰ ਦੇ ਨਾਮ ਨੂੰ ਹਿਰਦੇ 'ਚ ਤੋਲ। ਹੁਣ ਸਾਡਾ ਨਾਮ ਕਿਉਂ ਨਹੀਂ ਚੱਲਦਾ, ਕਿਉਂ ਸਾਡਾ ਚਿੱਤ ਨਹੀਂ ਲੱਗਦਾ? ਬਾਣੀ ਵੀ ਅਸੀਂ ਪੜ੍ਹਦੇ ਹਾਂ ਤਾਂ ਇੱਕ ਵਿਕਾਰ ਜੀ ਸਮਝ ਕੇ ਪੜ੍ਹਦੇ ਹਾਂ ਵੀ ਕਿਤੇ ਧੁੰਦਲੇ ਮਨ ਨਾਲ, ਵੀ ਗਾਹਾਂ ਜਾ ਕੇ ਕਿਤੇ ਮੈਨੂੰ ਔਖਾ ਨਾ ਹੋ ਜਾਵੇ। ਦੇਖੋ ਸਾਧ ਜੀ, ਇੱਕ ਤਾਂ ਹੁੰਦਾ ਆਊਟ ਆਫ ਟਾਰਗੇਟ ਫਾਇਰ ਕਰਨੇ, ਇੱਕ ਹੁੰਦਾ ਟਾਰਗੇਟ 'ਚ ਫਾਇਰ ਕਰਨਾ। ਸਾਡੇ ਫਾਇਰ ਕਿੱਥੇ ਜਾਂਦੇ ਨੇ? ਬੈਠਦੇ ਤਾਂ ਅਸੀਂ ਹੈਗੇ ਭਜਨ ਕਰਨ ਵਾਸਤੇ, ਸਾਡਾ ਬਾਣ ਤਾਂ ਸਿੱਧਾ ਪਰਮੇਸ਼ੁਰ ਵੱਲ ਨੂੰ ਜਾਣਾ ਚਾਹੀਦਾ, ਲੇਕਿਨ ਇਹ ਜਾਂਦਾ ਕਿੱਥੇ ਹੈ? ਕਦੇ ਬੱਚਿਆਂ ਦੇ ਵੱਲ ਨੂੰ ਚਲਿਆ ਜਾਂਦਾ, ਕਦੇ ਕਾਰੋਬਾਰ ਵੱਲ ਨੂੰ ਚਲਿਆ ਜਾਂਦਾ, ਕਦੇ ਪ੍ਰੋਬਲਮ ਵੱਲ ਨੂੰ ਚਲਿਆ ਜਾਂਦਾ। ਉਹ ਜਦ ਟਾਰਗੇਟ 'ਚ ਬਾਣ ਕੋਈ ਲੱਗਦਾ ਹੀ ਨਹੀਂ, ਅਸੀਂ ਕਿੱਥੋਂ ਸਫਲਤਾ ਪ੍ਰਾਪਤ ਕਰ ਲਾਂਗੇ? ਵਾਹਿਗੁਰੂ ਵੱਲ ਤਾਂ ਸਾਡੇ ਜਾਂਦਾ ਹੀ ਨਹੀਂ, ਅਸੀਂ ਵਾਹਿਗੁਰੂ 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 ਇਹ ਕਰਾਂਗੇ, ਚੁੱਪ ਕਰਕੇ ਵੀ ਕਰਾਂਗੇ। ਵਾਹਿਗੁਰੂ ਤਾਂ ਸਾਡੇ ਸਾਹਮਣੇ ਹੀ ਨਹੀਂ ਜਿਹੜਾ ਅਸੀਂ ਨਾਮ ਲੈਂਦੇ ਹਾਂ, ਜਿੰਨੀ ਦੇਰ ਤੱਕ ਉਹ ਸਾਡੇ ਸਾਹਮਣੇ ਨਹੀਂ ਹੈ, ਉਨੀ ਦੇਰ ਤੱਕ ਸਾਡਾ ਜਿਹੜਾ ਨਾਮ ਹੈ ਨਾ ਉਹ ਉਸੇ ਤਰ੍ਹਾਂ ਜਿਵੇਂ ਟਾਰਗੇਟ ਤੋਂ ਬਾਹਰ ਆਊਟਰ ਦੇ ਵਿੱਚ ਗੋਲੀਆਂ ਮਾਰੀ ਜਾਵੇ। ਹੁਣ ਨਾਮ ਜਪਣ ਵਾਸਤੇ ਇਹ ਹੈ, ਕਿਉਂਕਿ ਟਾਈਮ ਸਾਡੇ ਕੋਲ ਬਹੁਤ ਥੋੜ੍ਹਾ, ਉਮਰ ਤਾਂ ਉਹੀ ਨਿਕਲ ਜਾਂਦੀ ਹੈ, ਸਲਾਹ ਕਰਦਿਆਂ ਦੀ ਲੰਘ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੇ ਤਨ ਛੀਜੇ, ਕਾਲ ਹੇਰੀ ਫਿਰੇ ਬਦਕ ਜੋ ਕਹੋ ਕਵਨ ਬੇਦ ਕੀ ਜਾ। ਕਾਲ ਤਾਂ ਭਰੀ ਫਿਰਦਾ ਦਲਾਲੀ, ਪਤਾ ਨਹੀਂ ਕਿਹੜੇ ਵੇਲੇ ਨਿਸ਼ਾਨਾ ਬਣ ਜਾਣਾ ਅਸੀਂ। ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡੇ ਕੋਲ ਸਮਾਂ ਹੈ ਨਾ, ਉਹਦੇ 'ਚ ਵਿਚਾਰ ਲਓ ਜੇ ਵਿਚਾਰਨਾ, ਨਹੀਂ ਤਾਂ ਇਸ ਪੌੜੀ 'ਤੇ ਜੋ ਨਾਲ ਚੁੱਕੇ ਆਏ ਜਾਏ ਦੁੱਖ ਪਾਏ ਦਾ, ਚਾਹੇ ਬੀਬੀ ਦਾ ਸਰੀਰ ਹੈ ਚਾਹੇ ਭਾਈ ਦਾ, ਜਿਹੜਾ ਚੁੱਕ ਗਿਆ ਇਹਦੇ ਉੱਤੋਂ ਉਹ ਦੁੱਖ ਪਾਏਗਾ। ਇਹਦੇ ਵਿੱਚ ਜੇ ਮੈਂ ਕਹਾਂ ਵੀ ਨਾ ਤਾਂ ਕਥਾ ਕਰਨ ਵਾਲੇ ਲੰਘਦੇ ਆ, ਨਾ ਕੀਰਤਨ ਕਰਨ ਵਾਲੇ ਲੰਘਦੇ ਆ, ਉਹ ਤਾਂ ਸੋਝੀ ਹੋਰ ਹੈ। ਜੇ ਜਿੰਨੀ ਦੇਰ ਤੱਕ ਉਹ ਜਾਗਦੀ ਨਹੀਂ ਹੈ, ਉਨੀ ਦੇਰ ਤੱਕ ਆਦਮੀ ਕਿਸੇ ਕਿਨਾਰੇ ਨਹੀਂ। ਦੇਖਣ ਨੂੰ ਤਾਂ ਹੈ ਵੀ ਬੜਾ ਪਾਠ ਕਰਦਾ ਜੀ, ਤੜਕੇ ਜਾਗਦਾ, ਦੇਖਣਾ ਹੈ ਵੀ ਇਹਦਾ ਮਨ ਕਿੰਨਾ ਚਿਰ ਟਿਕਦਾ, ਉਂਘਦਾ ਘੁਲਾਟੇ ਹੀ ਮਾਰਦਾ ਕਿ ਮਨ ਵੀ ਟਿਕਦਾ। ਥੋੜ੍ਹਾ ਚਿਰ ਬੈਠ ਲਓ, ਲੇਕਿਨ ਉਹਦੇ ਵਿੱਚ ਧਿਆਨ ਰੱਖੋ ਕਿ ਜਦੋਂ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਹਿਗੁਰੂ ਸਾਹਮਣੇ ਆਉਣਾ ਚਾਹੀਦਾ। ਸਾਨੂੰ ਪਤਾ ਹੋਣਾ ਚਾਹੀਦਾ ਮੈਂ ਇਹਨੂੰ ਹਾਕ ਮਾਰ ਰਿਹਾ ਪਰਮੇਸ਼ੁਰ ਨੂੰ। ਹੁਣ ਪਰਮੇਸ਼ੁਰ ਨੂੰ ਜੇ ਜਾਣੇ, ਵਿਸ਼ਵਾਸ ਆਵੇ, ਫਿਰ ਹੁੰਦਾ। ਪਰਮੇਸ਼ੁਰ ਮਹਾਰਾਜ ਕਹਿੰਦੇ ਪੇਖ ਤਸੁੰਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਨੇ। ਭਾਵੇਂ ਮੈਨੂੰ ਨੀਂਦਾ ਨਹੀਂ ਹੈ, ਪਰ ਉਹ ਮੈਨੂੰ ਦੇਖਦਾ, ਮੇਰੀ ਗੱਲ ਸੁਣਦਾ। ਚਲੋ ਇਹ ਇਮੈਜਿਨੇ ਕਰ ਲਓ ਬਈ ਮੈਨੂੰ ਦਿਸਦਾ ਨਹੀਂ ਹੈ, ਮੇਰੀਆਂ ਅੱਖਾਂ ਰੋਸ਼ਨੀ ਨਾਲ ਰਿਫੈਕਸ਼ਨ ਨਾਲ ਦੇਖਦੀਆਂ ਨੇ, ਹਨੇਰਾ ਹੋ ਜਾਏ ਆਪਾਂ ਇੱਕ ਦੂਜੇ ਨੂੰ ਨਹੀਂ ਦੇਖਾਂਗੇ। ਇਹ ਬਣਾਈ ਪਰਮੇਸ਼ੁਰ ਨੇ ਪ੍ਰਕਿਰਤੀ ਦੀ ਅੱਖ ਹੈ, ਇਹ ਰੱਬ ਨੂੰ ਦੇਖਣ ਵਾਲੀ ਅੱਖ ਨਹੀਂ ਹੈ। ਰੱਬ ਨੂੰ ਦੇਖਣ ਵਾਲੀ ਅੱਖ ਵਿਸ਼ਵਾਸ ਤੋਂ ਸ਼ੁਰੂ ਹੋਏਗੀ। ਉਹਦਾ ਇਹ ਤਾਂ ਹਾਜ਼ਰੀ ਮਹਿਸੂਸ ਕਰੋ, ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰੋਤਰਵੇਂ ਮਨ ਤਿਸੇ ਤੇ ਆਈ, ਈ ਤੂੰ ਨਹੀਂ ਵਿਛੜੇ ਸੋ ਸੰਗੀ ਗਣੀ। ਜੇ ਵਾਹਿਗੁਰੂ ਕਹਿਣਾ ਉਸ ਵਾਹਿਗੁਰੂ ਨੂੰ ਕਹੋ ਜਿਹੜਾ ਨਾਲ ਹੈ, ਨਹੀਂ ਦੱਸਦਾ ਨਾ ਸਹੀ, ਲੇਕਿਨ ਉਹਦੀ ਹਾਜ਼ਰੀ ਅਨੁਭਵ ਕਰੋ।
ਜਾਂ ਵਾਹਿਗੁਰੂ 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 ਕਰਨਾ ਉਈ ਨਾ ਕਰੀ ਜਾਓ, ਉਹਦੇ ਹਾਜ਼ਰੀ ਨੂੰ ਅਨੁਭਵ ਕਰੋ। ਫਿਰ ਇੱਕ ਵਾਰੀ ਦਾ ਕਿਹਾ ਬਈ ਹਜ਼ਾਰਾਂ ਵਾਰੀ ਕਹਿਣ ਤੋਂ ਵੱਧ ਫਲ ਦਿੰਦਾ। ਭਜਨ ਕਰਨ ਵੇਲੇ, ਨਾਮ ਜਪਣ ਵੇਲੇ ਸਾਵਧਾਨਤਾ ਨਾਲ ਬੈਠੋ, ਸਿੱਧੇ ਬੈਠੋ, ਇਸ ਤਰ੍ਹਾਂ ਦੇ ਨਾਲ ਰੀੜ੍ਹ ਦੀ ਹੱਡੀ ਸਿੱਧੀ ਕਰੋ, ਗਰਦਨ ਵੀ ਸਿੱਧੀ ਹੋਵੇ, ਕਸਿਆ ਨਾ ਹੋਵੇ ਮੱਥਾ, ਅਤੇ ਬਿਲਕੁਲ ਢਿੱਲੇ ਬੈਠੋ। ਫਿਰ ਜਦ ਤੁਸੀਂ ਵਾਹਿਗੁਰੂ ਕਹਿੰਦੇ ਹੋ, ਪਹਿਲਾਂ ਤਿਆਰ ਹੋ ਜਾਓ ਵੀ ਮੈਂ ਜਿਹਦਾ ਨਾਮ ਜਪਣਾ ਉਹ ਮੇਰੇ ਨਾਲ ਹੈ, ਮੈਨੂੰ ਦੇਖ ਰਿਹਾ, ਮੈਨੂੰ ਉਹ ਦਿਸ ਨਹੀਂ ਰਿਹਾ, ਫਿਰ ਤੁਸੀਂ ਵਾਹਿਗੁਰੂ ਕਹੋ। ਚਾਹੇ ਜਿਸੇ ਤਰੀਕੇ ਨਾਲ ਜੀ ਕਰਦਾ ਕਹਿ ਲਓ, ਗਾ ਕੇ ਕਹਿ ਲਓ, ਲੰਮੀ ਹੇਕ ਨਾਲ ਕਹਿ ਲਓ, ਪਰ ਉਹਦੇ ਧਿਆਨ ਤਾਂ ਹੋਵੇ ਨਾ ਵੀ ਵਾਹਿਗੁਰੂ ਕੌਣ ਹੈ। ਗਾਏ ਸੁਣੇ ਅੱਖਾਂ ਮੀਟੇ ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਜੌਲਾ ਰਿਹਦੇ ਨਾ ਕਮਾਈਏ। ਸੋ ਇਸ ਤਰ੍ਹਾਂ ਸਾਡਾ ਟਾਈਮ ਵੇਸਟ ਹੁੰਦਾ ਸਤਸੰਗ ਜੀ, ਬਹੁਤ ਟਾਈਮ ਵੇਸਟ ਹੁੰਦਾ। ਬਚਪਨ ਤੋਂ ਅਸੀਂ ਲੱਗਦੇ ਹਾਂ ਕਿਸੇ ਕਿਨਾਰੇ ਪਹੁੰਚਦੇ ਨਹੀਂ ਹਾਂ, ਕਾਰਨ ਕੀ ਹੈ? ਮਹਾਰਾਜ ਕਹਿੰਦੇ ਕਾਰਨ ਇਹ ਹੈ ਕਿ ਜਾਗੇ ਹੋਇਆਂ ਦੀ ਸੰਗਤ ਨਹੀਂ ਤੈਨੂੰ ਮਿਲੀ, ਸੁੱਤਿਆਂ ਦੀ ਸੰਗਤ ਮਿਲਦੀ ਹੈ, ਉਹ ਸੁੱਤੀਆਂ ਗੱਲਾਂ ਕਰਦੇ ਨੇ, ਉਹ ਤੁਹਾਨੂੰ ਕਿਸੇ ਕਿਨਾਰੇ ਨਹੀਂ ਪਹੁੰਚ ਰਹੇ ਤੁਸੀਂ। ਜਾਗੇ ਹੋਏ ਕੋ ਪਤਾ ਹੁੰਦਾ, ਜਿਹੜਾ ਜਾਗਦਾ ਵੀ ਟਾਰਗੇਟ ਹੈ ਇਹਦੀ, ਫੜ ਕੇ ਇਹਦੀ ਰਾਈਫਲ ਸਿੱਧੀ ਕਰ ਦਈਏ, ਉਹਨੂੰ ਦਿਖਾ ਦਿੰਦਾ ਵੀ ਉੱਥੇ ਗੋਲੀ ਮਾਰਨੀ ਹੈ, ਤਾਂ ਉਹ ਬਿੰਨਿਆ ਜਾਂਦਾ। ਜੇ ਆਊਟਰ ਮਾਰੀ ਜਾਓ, ਚਾਹੇ ਸਾਰੀ ਜ਼ਿੰਦਗੀ ਮਾਰੀ ਜਾਓ, ਕੁਛ ਵੀ ਨਹੀਂ ਬਣਦਾ। ਫੋਕੇ ਫੈਰ ਨੇ, ਜਿਹਨੂੰ ਜੀ ਕਰਿਆ ਮੂੰਹ ਉੱਧਰ ਨੂੰ ਫਾਇਰ ਕਰ ਦਿੱਤਾ। ਸੋ ਇਸ ਕਰਕੇ ਜਦ ਭਜਨ ਕਰਦੇ ਹੋ, ਬਾਣੀ ਦਾ ਪਾਠ ਕਰਦੇ ਹੋ, ਖੜ੍ਹ ਜਾਓ ਇੱਕ ਏਕ ਅੰਕਾਰ 'ਤੇ, ਏਕੇ 'ਤੇ। ਏਕਾ ਜਿਹੜਾ ਨੋਟ ਕਰਦਾ ਇਹ ਗਿਣਤੀ ਨੂੰ ਨਹੀਂ ਕਰਦਾ, ਏਕਾ ਦੂਜਾ ਤੀਜਾ, ਏਕਾ ਕਰਦਾ ਏਕ ਅੰਕਾਰ ਨੂੰ। ਨਿਰੰਕਾਰ ਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ, ਉਹ ਏਕ ਅੰਕਾਰ ਨਾਮ ਹੈ ਉਹਦਾ, ਨਾ ਕਿ ਗਿਣਤੀ ਹੈ। ਉੱਥੇ ਮੈਂ ਲੋਸ ਏਂਜਲਸ ਗਿਆ, ਉੱਥੇ ਲਿਖਿਆ ਹੋਇਆ ਕੰਧੇ ਉੱਤੇ, ਗੋਡ ਇਜ਼ ਵਨ, ਇੱਕ ਓਂਕਾਰ ਲਿਖ ਕੇ ਉਹਦੇ ਅਰਥ ਕਰੇ ਹੋਏ, ਗੋਡ ਇਜ਼ ਵਨ। ਉਹ ਮੈਂ ਜਾ ਕੀਰਤਨ ਕਰਨ ਲੱਗਿਆ, ਬਾਕੀ ਤਾਂ ਮੈਂ ਛੱਡ ਦਿੱਤਾ, ਮੈਂ ਅੱਜ ਗੱਲ ਕਰਦੇ ਹਾਂ। ਮੈਂ ਕਿਹਾ ਵੀ ਗੋਡ ਇਜ਼ ਵਨ, ਆ ਜਿਹੜਾ ਤੁਹਾਡਾ ਪ੍ਰਧਾਨ ਹੈ ਹੀ ਇਜ਼ ਆਲਸੋ ਵਨ, ਮੈਂ ਵੀ ਬਣੇ ਹਾਂ, ਕੱਢ ਕੇ ਦਿਖਾਓ ਮੇਰੇ ਨਾਲ ਤਾਂ ਕੋਈ ਦੂਆ। ਇਹ ਨਹੀਂ ਗੱਲ ਹੈਗੀ, ਤੁਸੀਂ ਸੁੱਤੇ ਪਿਆਂ ਨੇ ਅਰਥ ਕਰਦੇ, ਇਹ ਕੀ ਮਾਹੌਲ ਕਰਿਆ ਵੀ ਗੋਡ ਇਜ਼ ਵਨ, ਗੋਡ ਵੀ ਤੂੰ ਹੋ ਸਕਦੇ ਨੇ ਕਦੇ। ਹਰ ਬੰਦਾ ਹਰ ਪਸ਼ੂ ਆਪਣੇ ਆਪ ਆਪਣੀ ਕੀ ਆਪਣਾ ਇੱਕੋ ਹੀ ਹੈ, ਉਹੀ ਹੈ, ਉਹਦੇ ਨਾਲ ਦਾ ਹੋਰ ਨਹੀਂ ਉਹਦੇ ਨਾਲ ਦਾ ਮਿਲ ਸਕਦਾ। ਸੋ ਮੈਂ ਕਿਹਾ ਇਹਦਾ ਇਹ ਨਹੀਂ ਹੈ, ਇਹਦਾ ਅਰਥ ਹੈਗਾ ਓਨਲੀ ਗੋਡ, ਨਨ ਐਲਸ। ਇੱਥੇ ਸਿਰਫ ਵਾਹਿਗੁਰੂ ਹੈ, ਹੋਰ ਕੋਈ ਹੈ ਨਹੀਂ ਇੱਥੇ। ਇੱਥੋਂ ਹੀ ਜੇ ਅਸੀਂ ਗੱਲ ਸਮਝ ਲਈਏ ਨਾ, ਇੱਥੋਂ ਸਾਡਾ ਸਹੀ ਫਿਰ ਅਪਰੋਚ ਹੋ ਜਾਂਦੀ। ਪਹਿਲਾਂ ਤੁਸੀਂ ਇੱਕ ਓਂਕਾਰ ਕਿਹਾ, ਇੱਕ ਓਂਕਾਰ। ਓਂਕਾਰ ਉਹ ਸ਼ਕਤੀ ਹੈ ਜਿਹਨੇ ਸ਼ਬਦ ਦਾ ਉਚਾਰਨ ਕੀਤਾ। ਏਕ ਓਂਕਾਰ ਉਹ ਸ਼ਬਦ ਧੁਨ, ਓਂਕਾਰ ਆਕਾਰ ਬਣਾਇਆ, ਜਿਹੜਾ ਸ਼ਬਦ ਧੁਨ ਹੈ ਉਹਨੂੰ ਏਕ ਓਂਕਾਰ ਕਹਿੰਦੇ ਨੇ। ਮਹਾਰਾਜ ਨੇ ਦੋਵੇਂ ਇਕੱਠੇ ਕਰਤੇ ਇੱਕ ਓਂਕਾਰ, ਉਹਦੇ ਵਿੱਚ ਸ਼ਕਤੀ ਵੀ ਆ ਗਈ ਅਤੇ ਹਸਤੀ ਵੀ ਆ ਗਈ। ਹੁਣ ਇਦੂ ਗਾਂ ਜੇ ਤੁਰਨਾ ਪਹਿਲਾਂ ਕਲੀਅਰ ਹੋਵੋ ਜਿਹਦਾ ਮੈਂ ਏਕ ਓਂਕਾਰ ਕਿਹਾ, ਫਿਰ ਆਜੂਗਾ ਵੀ ਉਹ ਕੀ ਹੈ। ਕਹਿੰਦੇ ਸੱਤ, ਸੱਤ ਕਹਿੰਦੇ ਨੇ ਬੀਂਗ ਨੂੰ, ਹਸਤੀ ਆ, ਫਿਰ ਉਹ ਨਾਮ ਸ਼ਕਤੀ ਹੈ, ਫਿਰ ਉਹ ਆਈਡਲ ਨਹੀਂ ਬੈਠਾ ਉਹ ਕਰਤਾ ਹੈ, ਫਿਰ ਉਹ ਲਾਂਬੇ ਨਹੀਂ ਬੈਠਾ ਅਸਮਾਨ ਦੇ ਵਿੱਚ, ਉਹ ਪੁਰਖ ਹੈ, ਹਰੇਕ ਦੇ ਹਿਰਦੇ 'ਚ ਬੈਠਾ, ਸਭ ਦੇ ਅੰਦਰ ਸਮਾਇਆ ਹੋਇਆ, ਫਿਰ ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ ਕਰਦਾ, ਨਿਰਭਉ ਹੈ, ਨਿਰਵੈਰ ਹੈ,
ਉਹਦਾ ਕਦੇ ਕਾਲ ਨਹੀਂ ਹੁੰਦਾ। ਬਣੀਆਂ ਹੋਈਆਂ ਚੀਜ਼ਾਂ ਪ੍ਰਕਿਰਤੀ ਦਾ ਸਭ ਕਾਲ ਦੇ ਅਧੀਨ ਨੇ, ਇਹਨਾਂ ਦੀ ਉਮਰ ਮਿੱਠੀ ਹੋਈ ਆ ਵੀ ਇੰਨੇ ਜਾਓ ਇੰਨੇ ਰਹੋ। ਸੋ ਉਹਦਾ ਉਹ ਹਮੇਸ਼ਾ ਵਾਸਤੇ ਹੈ, ਉਹ ਅਕਾਲ ਹੈ। ਫਿਰ ਮੂਰਤ ਹੈ, ਹਸਤੀ ਹੈ, ਉਹ ਫਰਜ਼ ਕੀਤੀ ਹੋਈ ਨਹੀਂ ਹੈ, ਸੱਚਮੁੱਚ ਦੀ ਹਸਤੀ ਹੈ। ਅਤੇ ਉਹ ਸਵੈਮ ਅੰਗ ਹੈ, ਉਹਦੇ 'ਚ ਗਿਆਨ ਹੈ, ਉਹਨੂੰ ਕੋਈ ਕਿਤਾਬਾਂ 'ਚੋਂ ਗਿਆਨ ਲੈਣ ਦੀ ਲੋੜ ਨਹੀਂ, ਆਪੇ ਹੀ ਗਿਆਨ ਆ। ਗੁਰਪ੍ਰਸ਼ਾਦ ਗੁਰੂ ਦੀ ਕਿਰਪਾ ਨਾਲ ਮਿਲਣਾ ਉਹਨੇ ਆਦਿ ਸੱਚ। ਪਹਿਲਾਂ ਵੀ ਉਹ ਆਪੇ ਸੀ, ਜੁਗਾਦ ਜਦੋਂ ਟਾਈਮ ਐਂਡ ਸਪੇਸ ਬਣੀ ਫਿਰ ਵੀ ਉਹ ਆਪੇ ਹੈ, ਹੁਣ ਵੀ ਉਹ ਆਪੇ ਹੀ ਹੈ, ਹੈਪੀ ਸੱਚ। ਅਤੇ ਫਿਰ ਜਦੋਂ ਕੁਛ ਵੀ ਨਹੀਂ ਹੋਏਗਾ, ਨਾਨਕ ਹੋਸੀ ਵੀ ਸੱਚ। ਇਹ ਜਿਹੜਾ ਮੂਲ ਮੰਤਰ ਹੈ ਨਾ, ਜੇ ਤਾਂ ਇਹ ਦ੍ਰਿੜ ਹੋ ਗਿਆ ਭਜਨ ਤੁਹਾਡਾ ਸਹੀ ਚੱਲੇਗਾ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਪਹਿਲਾਂ ਮੂਲ ਮੰਤਰ ਪੜ੍ਹ। ਉਹ ਮੂਲ ਮੰਤਰ ਅਸੀਂ ਪੜ੍ਹੀ ਵੀ ਜਾਂਦੇ ਹਾਂ, ਗੱਲ ਫਿਰ ਵੀ ਨਹੀਂ ਸਾਨੂੰ ਸਮਝ ਆਉਂਦੀ, ਕਿਉਂਕਿ ਸਾਡੀ ਅਪਰੋਚ ਠੀਕ ਨਹੀਂ ਹੈ। ਜੇ ਸਾਡੀ ਅਪਰੋਚ ਠੀਕ ਹੈ, ਤੁਸੀਂ ਬਹੁਤ ਛੇਤੀ ਕਾਮਯਾਬ ਹੋ ਸਕਦੇ ਹੋ, ਬਹੁਤਾ ਖਪਣ ਦੀ ਲੋੜ ਨਹੀਂ ਹੈ। ਸਮਝ ਲਓ ਗੱਲ ਕੀ ਹੈ, ਉਹ ਹਸਤੀ ਨੂੰ ਸਮਝੋ ਵੀ ਉਹ ਕੀ ਹੈ। ਫਿਰ ਉਹ ਹੈ ਕਿ ਫਿਰ ਅਸੀਂ ਤਾਂ ਹੋਏ ਨਾ, ਫਿਰ ਪਰਮੇਸ਼ੁਰ ਹੀ ਹੋਇਆ ਸਾਰੇ। ਮਹਾਰਾਜ ਕਹਿੰਦੇ ਆਹੀ ਦੱਸਣ ਆਏ ਹਾਂ ਤੁਹਾਨੂੰ। ਪਰ ਇਹ ਬੁੱਝੋਗੇ ਕਿਵੇਂ? ਕਹਿੰਦੇ ਸੋਚ ਨਾਲ ਇਹ ਨਹੀਂ ਆਉਂਦੀ, ਸੋਚਾ ਸੋਚ ਨਾ ਹੋਵੇ, ਫਿਲਾਸਫੀ ਨਾਲ ਨਹੀਂ ਇਹ ਗੱਲ ਸਮਝ ਆਉਂਦੀ, ਚੁੱਪ ਕਰਨ ਨਾਲ ਸਮਾਧੀਆਂ ਨਾਲ ਇਹ ਨਹੀਂ ਆਉਂਦੀ, ਭੋਗਾਂ ਨੂੰ ਭੋਗਣ ਨਾਲ ਇਹ ਨਹੀਂ ਆਉਂਦੀ। ਲੱਖਾਂ ਹੀ ਚਤਰਾਈਆਂ ਹੁਣ ਤਾਂ ਵੀ ਨਹੀਂ ਇਹਦਾ ਪਤਾ ਲੱਗਦਾ। ਫਿਰ ਸਵਾਲ ਆਉਂਦਾ ਕਿ ਸੁਚਿਆਰਾ ਹੋਵੇ, ਫਿਰ ਸੁਚਿਆਰਾ ਕਿਵੇਂ ਹੋਵੇ? ਇਹਦੀ 850 ਪੇਜ ਦੀ ਕਿਤਾਬ ਲਿਖੀ ਹੋਈ ਮਿਲਦੀ ਹੈ ਇੱਥੇ, ਕਿ ਸੁਚਿਆਰਾ ਹੋਵੇ, 3 ਪਾਰਟ ਨੇ ਉਹਦੇ। ਉਹਦੇ 'ਚ ਇਹੀ ਦੱਸਿਆ ਗਿਆ ਸਾਰੇ 850 ਪੇਜ 'ਚ ਵੀ ਤੂੰ ਕੀ ਹੈ, ਕੌਣ ਹੈ, ਮੰਨ ਲੈ ਇਸ ਚੀਜ਼ ਨੂੰ ਜਿਹੜੀ ਗੁਰੂ ਕਹਿੰਦਾ। ਅਸੀਂ ਮੰਨਣ ਨੂੰ ਤਿਆਰ ਨਹੀਂ, ਹੁਣ ਥੋੜ੍ਹੀ ਦੇਰ ਅਸੀਂ ਮੰਨ ਜਾਵਾਂਗੇ ਵੀ ਮੈਂ ਸਰੀਰ ਨਹੀਂ ਹਾਂ, ਜੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਕੀ ਹਾਂ। ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਕੌਣ ਵਸਾਈ, ਕੌਣ ਵੱਸਦਾ ਦੱਸੋ, ਆਪੇ ਹੀ ਜਵਾਬ ਦਿੰਦੇ ਨੇ। ਤਾਂ ਕਾ ਅੰਤ ਨਾ ਪਾਇਆ ਜਾਈ, ਉਹ ਵੱਸਦਾ ਜਿਹਦਾ ਅੰਤ ਨਹੀਂ ਹੁੰਦਾ, ਉਹ ਕੌਣ ਹੈ? ਉਹ ਵਾਹਿਗੁਰੂ ਹੈ। ਸੋ ਇਸ ਤਰ੍ਹਾਂ ਸਾਧਕ ਜੀ, ਇਹ ਗੱਲਾਂ ਸਮਝਣ ਵਾਸਤੇ ਸਾਨੂੰ ਸਾਧਨ ਦੀ ਲੋੜ ਹੈ, ਭਜਨ ਕਰਨ ਦੀ ਲੋੜ ਹੈ, ਅਤੇ ਬਾਕੀ ਅਸਲੀ ਚੀਜ਼ ਨੂੰ ਜਾਓ। ਬਾਕੀ ਜਿਹੜੀਆਂ ਚੀਜ਼ਾਂ ਨੇ ਜਿਹਦੇ 'ਚ ਅਸੀਂ ਫਸੇ ਹੋਏ ਹਾਂ, ਮਹਾਰਾਜ ਕਹਿੰਦੇ ਉਹ ਸਭ ਵੱਸ ਲੈ, ਇਸ ਨੇ ਕਿਸੇ ਕੰਮ ਨਹੀਂ ਆਉਣੀਆਂ। ਅਮਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ। ਸਾਧੂ ਦੀ ਸੰਗਤ ਕਰਕੇ ਨਾਮ ਦੇ ਵਿੱਚ ਐਂਟਰੀ ਲੈ, ਨਾਮ ਦੇ ਵਿੱਚ ਦਾਖਲਾ ਲੈ। ਸੋ ਉਹਦੇ ਵਾਸਤੇ ਆਤਮ ਮਾਰਗ ਤਾਂ ਚੱਲਦਾ ਹੀ ਇਸ ਚੀਜ਼ ਦੇ ਉੱਤੇ ਆ। 25 ਕਿਤਾਬਾਂ ਇਹਦੇ ਉੱਤੇ ਲਿਖੀਆਂ ਜਾ ਚੁੱਕੀਆਂ, ਪਿਛਲੇ ਸਾਲ ਲਿਖੀ ਸੀ ਮੈਂ, ਐਤਕੀ ਤਾਂ ਬਿਮਾਰ ਹੈ, ਲੰਘਿਆ ਇਸ ਤਰੀਕ, ਇੱਥੇ ਸੱਟੇ ਨਹੀਂ ਬੈਠਿਆ, ਅਜੇ ਵੀ ਨਹੀਂ ਬੈਠਾ। ਮੈਂ ਹੁਣ ਥੋੜ੍ਹੇ ਜਿਹੇ ਦਿਨ ਚੰਗਾ ਰਿਹਾ, ਹੁਣ ਫਿਰ ਚੱਲ ਪਿਆ। ਮੈਨੂੰ ਡਰ ਲੱਗਦਾ ਵੀ ਇਹ ਫਿਰ ਨਾ ਕਿਤੇ ਖਰਾਬ ਹੋ ਜਾਵੇ। ਉਹ 25 ਐਤਕੀਆਂ ਆ ਜਾਣੀਆਂ ਸੀ, ਐਡ ਹੋ ਜਾਣੀਆਂ ਸੀ, ਪਰ ਉਹ ਰਹਿ ਗਈਆਂ। ਚਲੋ ਫਿਰ ਸਹੀ ਗਾਹਾਂ ਆ ਜਾਣਗੀਆਂ। ਸੋ ਇਹ ਵਿਚਾਰੋ, ਉੱਥੇ ਕੇਵਲ ਵਿਚਾਰ ਹੈ, ਆਤਮ ਵਿਚਾਰ ਹੈ ਸਾਰੀਆਂ ਕਿਤਾਬਾਂ ਦਾ, ਜਿਹੜਾ ਮਤਲਬ ਆਤਮ ਮਾਰਗ ਦਾ ਰਾਹ ਦੱਸਿਆ ਗਿਆ ਵੀ ਐਂ ਪਹੁੰਚਦੇ ਹਾਂ ਅਸੀਂ, ਜਿਹੜੇ ਪਹੁੰਚੇ ਨੇ ਉਹਨਾਂ ਦਾ ਜ਼ਿਕਰ ਉਹਦੇ ਵਿੱਚ ਆਉਂਦਾ। ਸੋ ਇਸ ਕਰਕੇ ਮਹਾਰਾਜ ਨੇ ਜਿਹੜੇ ਸਾਨੂੰ ਹੁਕਮ ਦਿੱਤਾ ਹੈ, ਇਹਾਂ ਖਾੜ ਚਲੋ ਹਰ ਲਾਹਾ ਅੱਗੇ ਬਸਲ ਸੇਲ, ਇੱਥੇ ਲਾਹਾ ਕੱਟ ਲਓ, ਅੱਗੇ ਫਿਰ ਸੁਖਾਲੇ ਰਹੋਗੇ। ਕਰੋ ਬੇਨਤੀ ਸੁਣੋ ਮੇਰੀ ਬੀਤਾ, ਸੰਤ ਟਹਿਲ ਕੀ ਬੇਲ। ਸਾਧੂਆਂ ਦੀ ਟਹਿਲ ਸੇਵਾ ਕਰਨ ਦਾ ਬੇਲਾ ਆ ਗਿਆ, ਇੱਥੇ ਲਾਹਾ ਕੱਟ ਲੈ। ਅਤੇ ਲਾਹਾ ਕਿਹੜੀ ਚੀਜ਼ ਦਾ? ਤੂੰ ਆਪਣੇ ਆਪ ਨੂੰ ਜਾਣ ਲੈ ਵੀ ਮੈਂ ਕੌਣ ਹਾਂ,
ਇੱਕ ਤਾਂ ਉਹਦਾ ਇੰਟਲੈਕਚੁਅਲੀ ਜਾਣ ਲੈਣਾ ਬੁੱਧੀ ਦੇ ਨਾਲ, ਇੱਕ ਉਹਦਾ ਸੱਚੀ ਵਿੱਚੀ ਜਾਣ ਲੈਣਾ। ਬਈ ਸੱਚੀ ਵਿੱਚੀ ਜਾਣਨ ਵਾਸਤੇ ਤੈਨੂੰ ਇੱਕ ਬੜੇ ਸਾਧਨ ਪੱਖ 'ਚੋਂ ਪ੍ਰੋਸੈਸ 'ਚੋਂ ਲੰਘਣਾ ਪਏਗਾ। ਤੇਰੀ ਜਿਹੜੀ ਬੁੱਧੀ ਹੈ ਮੈਟਰ ਦੀ ਬਣੀ ਹੋਈ ਹੈ, ਮੈਟਰ ਦੀ ਬੁੱਧੀ ਮੈਟਰ ਤੱਕ ਤਾਂ ਪਹੁੰਚਦੀ ਹੈ। ਇੱਥੇ ਮੈਂ ਸੀਗਾ ਸਨ ਹੋਸੇ, ਉੱਥੇ ਇੱਕ ਸਾਇੰਟਿਸਟ ਮਿਲਿਆ ਮੈਨੂੰ। ਮੇਰਾ ਸੁਭਾਅ ਹੈ ਜੇ ਚੰਨ ਪਾਉਣ ਜਾਣਾ ਤਾਂ ਵੀ ਘੰਟਾ ਲਾ ਦੇਣਾ। ਉੱਥੇ ਗਿਆ ਤਾਂ ਮੈਂ ਕਿਹਾ ਵੀ ਬੰਦਾ ਬੜਾ ਸਿਆਣਾ, ਕਹਿੰਦਾ ਜੀ ਮੈਂ ਕੈਮਿਸਟਰੀ ਦਾ ਪ੍ਰੋਫੈਸਰ ਹਾਂ, ਅਸੀਂ ਐਟਮ ਤੋੜ ਲਿਆ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦਾ ਐਂਟੀ ਮੈਟਰ 'ਚ ਪਹੁੰਚ ਗਏ ਅਸੀਂ। ਮੈਂ ਕਿਹਾ ਨਹੀਂ, ਐਂਟੀ ਮੈਟਰ ਨਹੀਂ ਹੁੰਦਾ, ਇਹ ਤਾਂ ਐਨਰਜੀ 'ਚ ਪਹੁੰਚਿਆ ਤੁਸੀਂ। ਕਹਿੰਦਾ ਹਾਂ ਐਨਰਜੀ। ਮੈਂ ਕਿਹਾ ਐਨਰਜੀ ਐਂਟੀ ਮੈਟਰ ਨਹੀਂ ਹੈ, ਇਹ ਮੈਟਰ ਹੈ। ਐਂਟੀ ਮੈਟਰ ਤਾਂ ਵਾਹਿਗੁਰੂ ਦਾ ਨੂੰ ਕੋਈ ਫੜੇ ਨਹੀਂ ਸਕਦਾ, ਨਾ ਜੰਤਰ ਦੇ ਬਸ ਆਵੇ ਨਾ ਤੰਤਰ ਦੇ ਬਸ ਆਵੇ। ਉਹ ਮੈਨੂੰ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਅਸੀਂ ਆਈਟਮ ਤੋੜਦੇ ਹਾਂ, ਐਨਰਜੀ 'ਚ ਕਨਵਰਟ ਹੁੰਦਾ। ਖੈਰ ਮੇਰੇ 'ਤੇ ਜਾ ਨਾ ਹੋਇਆ, ਪਰ ਉਹ ਜਿਹੜੀ ਗੱਲਬਾਤ ਉਹਨਾਂ ਉਹਦੇ ਨਾਲ ਕਰੀ ਨਾ ਸਾਇੰਸਦਾਨ ਨਾਲ, ਉਹ ਜਦੋਂ ਸਮਝ ਗਿਆ ਸਾਰਿਆਂ ਤੋਂ ਪਹਿਲਾਂ ਅਮਰ ਛਕਣ ਵਾਸਤੇ ਉਹ ਆਇਆ। ਹੁਣ ਐਡੀ ਕਤਰਾ ਚੌੜਾ ਲਿਆ ਵੀ ਜਿੰਨਾ ਮੈਂ ਪਛੜਿਆ ਹੋਇਆ ਉਨਾ ਮੈਂ ਪੂਰੇ ਵੀ ਆਉਣਾ, ਇੱਥੇ ਫਿਲਮਾਂ ਦੇ ਵਿੱਚ ਦਿਖਦਾ ਉਹ। ਸੋ ਇਹ ਹੈ ਵੀ ਜੇ ਸਮਝ ਜਾਵੇ ਨਾ, ਜੇ ਆਦਮੀ ਸੰਸੀਅਰ ਹੋਵੇ, ਭਾਗਾਂ ਤੋਂ ਬਗੈਰ ਨਹੀਂ ਸਮਝਦਾ ਹੁੰਦਾ। ਭਾਗ ਹੋਣ ਤਾਂ ਮਿਲਦਾ ਪੂਰਵਲੇ ਕਰਮਾਂ ਦੇ ਅੰਕਰ, ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਰਾਗੀ, ਫਿਰ ਰੀਅਲਾਈਜ਼ ਸੋਲ ਦਾ ਮੇਲ ਹੁੰਦਾ ਰਸਕ ਬੈਰਾਗੀ ਦਾ, ਪਿਆਰ ਵਾਲੀ ਦਾ। ਖੁਸ਼ਕ ਨਹੀਂ ਖੁਸ਼ਕ ਕਿਹਾ ਤਾਂ ਆਦਮੀ ਨੂੰ ਮੁਕਾਬਲਾ ਬਣਾ ਦਿੰਦਾ ਉਹਨੂੰ ਮਿਲ ਕੇ। ਕੀ ਹੁੰਦਾ? ਮਿਟਿਓ ਅਧੇਰ ਮਿਲ ਧਰ ਨਾਨਕ। ਜਿਹੜਾ ਹਨੇਰਾ ਪਿਆ ਹੋਇਆ ਨਾ ਸਾਡੇ ਮਨ ਦੇ ਅੰਦਰ, ਅਸੀਂ ਆਪਣੇ ਆਪ ਨੂੰ ਬੋਡੀ ਸਮਝੀ ਜਾਂਦੇ ਹਾਂ, ਇਹ ਜਦੋਂ ਇਹ ਦੂਰ ਹੋਣਾ ਸ਼ੁਰੂ ਹੋ ਜਾਂਦਾ ਅਤੇ ਪ੍ਰਕਾਸ਼ ਹੋ ਜਾਂਦਾ ਅੰਦਰ ਵੀ ਇੱਥੇ ਵਾਹਿਗੁਰੂ ਆ, ਹੋਰ ਕੋਈ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਮੈਂ ਕਾਫੀ ਬੋਲਿਆ, ਮੈਂ ਇੱਕ ਘੰਟਾ ਹੋ ਗਿਆ। ਤੁਸੀਂ ਇਹ ਜਿਹੜੀਆਂ ਮੈਂ ਬੇਨਤੀਆਂ ਕਰੀਆਂ ਨੇ, ਆਹੀ ਸਤਸੰਗ ਹੁੰਦਾ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਬਖਾਣੀ, ਜਿੱਥੇ ਰਾਹ ਲੱਭੇ। ਬਾਕੀ ਹੈਗਾ ਵੀ ਅਸੀਂ ਕੀਰਤਨ ਕਰਦੇ ਹਾਂ, ਇਹ ਭਗਤੀ ਆ। ਇਸ ਭਗਤੀ ਨਾਲ ਸਾਡਾ ਮਨ ਟਿਕਦਾ। ਨੌ ਕਿਸਮ ਦੀ ਭਗਤੀ ਆ, ਇਹਨਾਂ ਭਗਤੀਆਂ ਦੇ ਵਿੱਚੋਂ ਪਿਆਰ ਨਿਕਲਦਾ ਸਾਰਾ। ਪ੍ਰੇਮਾ ਭਗਤੀ ਹੁੰਦੀ ਹੈ ਦਸਵੀਂ, ਗਿਆਰਵੀਂ ਹੁੰਦੀ ਹੈ ਪਰਾ ਭਗਤੀ, ਬਾਰ੍ਹਵੀਂ ਹੁੰਦੀ ਆ ਅਪਰਾ ਭਗਤੀ। ਅਪਰਾ ਭਗਤੀ ਹੁੰਦੇ ਆਪਣਾ ਸਭ ਕੁਛ ਪਤਾ ਲੱਗ ਗਿਆ ਅਤੇ ਪਰਮੇਸ਼ੁਰ ਦੇ ਵਿੱਚ ਜਿਉਂਦਾ ਜਿਉਂਦਾ ਹੀ ਮਿਲ ਗਿਆ। ਸੋ ਇਹ ਹੈਗਾ ਲਾਹਾ। ਜੇ ਤਾਂ ਇਹ ਲਾਹਾ ਖੱਟ ਲਿਆ, ਸਾਡਾ ਮਾਇਆ ਤੋਂ ਛੁਟਕਾਰਾ ਹੋ ਗਿਆ, ਤਾਂ ਅਸੀਂ ਜ਼ਿੰਦਗੀ ਦਾ ਮਨੋਰਥ ਹਾਸਲ ਕਰ ਲਿਆ। ਜੇ ਇਹ ਨਹੀਂ ਖੱਟਿਆ ਤਾਂ ਫਿਰ ਅਗਲੇ ਚੱਕਰ ਵਾਸਤੇ ਤਿਆਰ ਹੋ ਜਾਓ। ਪਤਾ ਨਹੀਂ ਕਿੱਥੇ ਵਾਹਿਗੁਰੂ ਸਿੱਟੇ, ਕਿਹੜੀ ਜੂਨੀ 'ਚ ਪਾਵੇ, ਕਿੱਥੇ ਰੱਖੇ ਸਾਨੂੰ। ਵਾਹਿਗੁਰੂ ਇਹ ਜਾਣਦਾ, ਉਹਨੂੰ ਇਹ ਪਤਾ ਇਸ ਚੀਜ਼ ਦਾ। ਸੋ ਇਹਦੋਂ ਨਿਕਲੋ ਮਹਾਰਾਜ ਕਹਿੰਦੇ, ਫਿਰ ਵਾਰ ਵਾਰ ਹੱਥ ਨਹੀਂ ਆਉਣੀ। ਕਬੀਰ ਮਾਨਸ ਦਲਾ ਜਨਮ ਦਲਾਭ ਹੈ ਹੋ ਤਰ੍ਹਾਂ ਬਾਰਾਂ ਵਾਰ। ਮਾਨਸ ਕਿਉਂ ਹੈ? ਕਿਉਂਕਿ ਇਹਦੇ 'ਚ ਵਾਹਿਗੁਰੂ ਬੈਠਾ। ਕਿੱਥੇ ਬੈਠਾ ਹੈ? ਮਹਾਰਾਜ ਕਹਿੰਦੇ ਤੇਰੇ ਅੰਦਰ ਬੈਠਾ। ਕਾਇਆ ਨਗਰ ਨਗਰ ਗੜ੍ਹ ਅੰਦਰ, ਸਾਚਾ ਵਾਸਾ ਪੁਰਗਾ ਗਿਰ ਅੰਦਰ। ਆਹ ਜਿਹੜਾ ਦਸਵਾਂ ਦੁਆਰ ਹੈ, ਇੱਥੇ ਵਾਹਿਗੁਰੂ ਵੱਸਦਾ। ਅਸਾ ਥਾਨ ਸਦਾ ਨਰਮਾਇਲ ਆਪੇ ਆਪ ਪਾਇਲ, ਇੱਥੇ ਬੈਠ ਕੇ ਸਰੀਰ ਨੂੰ ਚਲਾਉਂਦਾ। ਵਿਚਾਲੇ ਮਾਇਆ ਦੀ ਇੱਕ ਪੜਤ ਹੈ, ਉਹ ਕਹਿੰਦੀ ਉਹਦੇ ਉਹ ਜਦ ਸੱਤਾ ਮਿਲਦੀ ਹੈ ਇਹ ਮੈਂ ਬਣ ਜਾਂਦਾ। ਉਹ ਝੂਠੀ ਮੈਂ ਜਿਹੜੀ ਆ ਇਹਨੂੰ ਫਸਾਈ ਫਿਰਦੀ ਆ ਅਰਬਾਂ ਖਰਬਾਂ ਸਾਲ ਦੀ। ਜਦ ਤੱਕ ਸੱਚੀ ਮੈਂ ਦਾ ਇਹਨੂੰ ਅਨੁਭਵ ਨਹੀਂ ਹੁੰਦਾ, ਇਹਨੇ ਐਵੇਂ ਜਿਵੇਂ ਤੁਰੇ ਫਿਰਨਾ।
ਨਾ ਇਹ ਅਰਦਾਸਾਂ ਤੋਂ ਇਹਦਾ ਅਗਿਆਨ ਦੂਰ ਹੋਣਾ, ਇਹ ਅਗਿਆਨ ਦੂਰ ਹੋਣਾ ਮਹਾਂਪੁਰਸ਼ ਦੀ ਸੰਗਤ ਕਰਕੇ ਉਹਦੇ ਦੱਸੇ ਹੋਏ ਤਰੀਕੇ ਦੇ ਮੁਤਾਬਕ ਚੱਲ ਕੇ ਫਿਰ ਅਗਿਆਨ ਦਾ ਨਾਸ਼ ਹੁੰਦਾ। ਫਿਰ ਪਤਾ ਕੀ ਲੱਗਦਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਹੀਂ। ਜਿੰਨਾ ਚਿਰ ਮੈਂ ਸੀ ਤੂੰ ਨਹੀਂ ਸੀਗਾ, ਹੁਣ ਮੇਰੀ ਮੈਂ ਮਿਟ ਗਈ ਅਤੇ ਤੂੰ ਹੋ ਗਿਆ, ਤੂੰ ਤੂੰ ਕਰਤਾ ਤੂੰ ਹੋਊਗਾ, ਜਿਵੇਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਤੇ ਖਾਂਦਾ। ਸੋ ਇਹਦੇ ਮੈਂ ਬਚਨ ਬੇਨਤੀ ਕਰੀ ਹੈ, ਵਾਹਿਗੁਰੂ ਐਤਕੀ ਲੈ ਆਇਆ, ਤੁਹਾਡੇ ਦਰਸ਼ਨ ਕਰਾ ਲਏ, ਹੁਣ ਗਾਹਾਂ ਦੀ ਵੀ ਸਰੀਰ ਪੁਰਾਣਾ ਹੋ ਗਿਆ, ਵਿਆਹ ਵਿਆਹ ਦੀਆਂ ਜੇ ਜਿਵੇਂ ਅੱਜ ਕਾਮ ਹੋ ਗਿਆ, ਬੁਖਾਰ ਹੋ ਗਿਆ, ਉਹ ਇਹਦੇ ਵਿੱਚ ਇਹ ਵੀ ਆ ਵੀ ਪਤਾ ਨਹੀਂ ਵਾਹਿਗੁਰੂ ਚਿੱਠੀ ਉਹ ਭੇਜਦੇ ਵੀ ਚੱਲ ਆ ਜਾ ਤੂੰ ਬਥੇਰਾ ਹੋ ਗਿਆ। ਸੋ ਇਸ ਕਰਕੇ ਜੋ ਮੈਂ ਬੇਨਤੀਆਂ ਕੀਤੀਆਂ ਇਹਨੂੰ ਧਿਆਨ ਦੇ ਵਿੱਚ ਰੱਖੋ, ਜੇ ਭੁੱਲਦੀਆਂ ਨੇ ਤਾਂ ਆਤਮ ਮਾਰਗ ਦੇ ਵਿੱਚ ਪੜ੍ਹਨ ਲੱਗ ਜਾਓ, ਉਹਦੇ 'ਚ ਸਾਰੀਆਂ ਗੱਲਾਂ ਆਉਂਦੀਆਂ, ਉਹ ਬੜੀ ਭਾਰੀ ਸੰਗਤ ਹੈ, ਸ਼ੁੱਧ ਸੰਗਤ ਹੈ। ਫਿਰ ਜਿਹੜੇ ਹੋਰ ਸ਼ੌਕ ਵਾਲੇ ਨੇ ਉਹ ਕਿਤਾਬਾਂ ਪੜ੍ਹਨ ਲੱਗ ਜਾਓ, ਉਹਨਾਂ ਕਿਤਾਬਾਂ ਦੇ ਵਿੱਚ ਸਭ ਕੁਛ ਆਉਂਦਾ। ਦੂਜੀ ਗੱਲ ਇਹ ਹੈ ਵੀ ਇਹ ਨਾ ਬਾਬਾ ਜੀ ਦੀ ਮਲਕੀਅਤ ਹੈ, ਮੇਰੇ ਬੱਚੇ ਚਾਹੇ ਮੇਰੇ ਨਾਲ ਨਾਰਾਜ਼ ਰਹਿਣ, ਵੀ ਸਾਰੀ ਜ਼ਿੰਦਗੀ ਤੁਸੀਂ ਕੰਮ ਕਰਿਆ। ਕਿਤਾਬਾਂ ਦੀ ਰੋਇਲਟੀ ਆਉਂਦੀ ਹੈ, 50 ਕਿਤਾਬਾਂ ਹੁਣ ਬੇਅੰਤ ਪੈਸਾ ਆ ਜਾਂਦਾ, ਵੀ ਉਹ ਵੀ ਤੁਸੀਂ ਸਾਰਾ ਦੇ ਤਾ। ਇਹ ਮੈਂ ਟਰੱਸਟ ਬਣਾ ਤਾ, ਟਰੱਸਟ ਬਣਾ ਕੇ ਜਿਹੜਾ ਵੀ ਇਹਦਾ ਲਾਈਵ ਮੈਂਬਰ ਬਣਦਾ ਉਹਦਾ ਟਰੱਸਟ ਦਾ ਮੈਂਬਰ ਆਟੋਮੈਟਿਕਲੀ ਹੋ ਜਾਂਦਾ, ਉਹ ਪਬਲਿਕ ਦੇ ਹਵਾਲੇ ਕਰ ਦਿੱਤਾ ਸਾਰਾ ਕੁਛ ਬਣਾ ਕੇ। ਜੇ ਗੁਰਦੁਆਰਾ ਬਣਾਇਆ ਉਹ ਵੀ ਪਬਲਿਕ ਦੇ ਹਵਾਲੇ, ਟਰੱਸਟ ਬਣਾ ਕੇ ਉਹਨਾਂ ਦੇ ਹਵਾਲੇ ਕਰਤਾ, ਵੀ ਚਾਹੋ ਆਪਣਾ ਘਰੋ ਇਹਦੇ ਉੱਤੇ ਕੰਮ ਬਣਾ ਕੇ ਧੋਂਦੇ ਨੇ। ਸੋ ਇਹਦੇ 'ਚ ਮੇਰਾ ਕੋਈ ਹੈ ਨਹੀਂ ਆਸ਼ਾ, ਜੇ ਆਸ਼ਾ ਹੋਵੇ ਤਾਂ ਮੈਂ ਕਹਾਂ ਵੀ ਆਹ ਜਿਹੜੇ ਪੈਸੇ ਮੈਨੂੰ ਇੱਥੇ ਚੜ੍ਹਦੇ ਨੇ ਲੈ ਵੀ ਲੈ ਲਓ ਭਾਈ, ਉਹ ਅਸ ਕੋਈ ਨਹੀਂ ਲੈਂਦਾ ਇਹਨਾਂ 'ਚ ਪੈਸੇ, ਸਾਰੇ ਗੁਰੂ ਘਰ 'ਚ ਜਾਂਦੇ ਨੇ, ਉੱਥੇ ਲੰਗਰ ਚੱਲਦੇ ਆ, ਬਿਲਡਿੰਗਾਂ ਬਣਦੀਆਂ, ਬਹੁਤ ਕੁਛ ਹੋ ਰਿਹਾ, ਇੱਥੇ ਤੱਕ ਅਸੀਂ ਮਸਜਿਦ ਵੀ ਬਣਾ ਕੇ ਦੇ ਦਿੱਤੀ ਮੁਸਲਮਾਨਾਂ ਨੂੰ, ਵੀ ਤੁਸੀਂ ਭਜਨ ਕਰੋ। ਤੁਸੀਂ ਕਿਉਂ ਕਹਿੰਦੇ ਜੀ ਸਾਡੇ ਕੋਲ ਮਸਜਿਦ ਨਹੀਂ ਆ ਨਮਾਜ਼ ਪੜ੍ਹ ਨੂੰ? ਮੈਂ ਸੋਚਿਆ ਮੈਂ ਕਿਹਾ ਵੀ ਇਹ ਤਾਂ ਬੜਾ ਮਾੜਾ ਕੰਮ ਹੈ, ਇਹਨਾਂ ਨੂੰ ਕੌਣ ਸੰਭਾਲੂ? ਮੈਂ ਕਿਹਾ ਚੰਗਾ ਮਸਜਿਦ ਬਣਾ ਦਿੰਦੇ ਹਾਂ, ਆਪ ਹੀ ਮੈਂ ਬੁਨਿਆਦ ਰੱਖੀ, ਮਸਜਿਦ ਬਣ ਗਈ। ਹੁਣ ਉਹਨਾਂ ਨੂੰ ਮੈਂ ਇੱਥੋਂ ਜਾ ਕੇ ਕਹਿਣਾ ਵੀ ਸ਼ਰਾਬ ਛੱਡੋ, ਤੁਸੀਂ ਸ਼ਰਾਬ ਪੀਂਦੇ ਹੋ, ਅਸਲੀ ਮੁਸਲਮਾਨ ਬਣੋ। ਸੋ ਇਹ ਨਹੀਂ ਵੇ ਮਨੁੱਖ ਨੇ ਕਿਸੇ ਰਸਤੇ ਲੰਘ ਜਾਵੇ, ਦੇਰਾ ਮਸੀਤ ਹੋਈ, ਪੂਜਾ ਨਮਾਜ਼ ਹੋਈ, ਮਾਨ ਸਭਾ ਏਕ ਪੈ ਅਨੇਕ ਕੋ ਪ੍ਰਭਾਵ। ਸੋ ਇਸ ਕਰਕੇ ਜੋ ਮੈਂ ਬੇਨਤੀਆਂ ਕੀਤੀਆਂ ਇਹ ਬਹੁਤੀਆਂ ਕਰਕੇ ਜਾਣੋ।